ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਯੋਗ ਸਾਹਿਬ ਗੁਣੀ ਗਹੀਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਕਾਰ ਸਹਿਕਾਰ ਜਿਕਰ ਬੈਠੇ ਹੋ, ਵਕਤ ਦੀਆਂ ਘੜੀਆਂ ਨੂੰ ਸਫਲਿਆਂ ਕਰੀਏ। ਗੁਰ ਇਤਿਹਾਸ ਦੇ ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸੁਣਿਆ ਸੀ, ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਕੋਲੋਂ ਮੰਗ ਕੇ ਓਗਰੇ ਦੀ ਖਿਚੜੀ ਖਾਧੀ। ਛੇ ਪ੍ਰਕਾਰ ਦੇ ਰਸ ਮਾਣੇ, ਬੜਾ ਅਸਚਰਜ ਹੋਇਆ। ਇਹ ਆਨੰਦ ਬਿਆਨ ਨਹੀਂ ਕੀਤਾ ਜਾ ਰਿਹਾ ਸੀ। ਆਖਿਰਕਾਰ ਪ੍ਰਸੰਨ ਹੋ ਕੇ ਗੁਰੂ ਪਾਤਸ਼ਾਹ ਨੂੰ ਆਖਣ ਲੱਗਿਆ, ਮਹਾਰਾਜ ਨਿਮਾਣਾ ਜਿਹਾ ਆਪ ਜੀ ਦਾ ਦਾਸ ਹਾਂ, ਕੁਝ ਦੇ ਨਹੀਂ ਸਕਦਾ। ਮਨ ਮਿਲ ਕੇ ਖੁਸ਼ ਬੜਾ ਹੋਇਆ, ਪ੍ਰੇਮ ਦੀ ਭੇਟਾ ਦੇਣੀ ਚਾਹੁੰਦਾ। ਸਤਿਗੁਰਾਂ ਨੇ ਭੇਟਾ ਤੋਂ ਵੀ ਇਨਕਾਰ ਕੀਤਾ। ਆਖਿਰਕਾਰ ਬਾਦਸ਼ਾਹ ਨੇ ਆਪਣੀ ਖੁਸ਼ੀ ਦੇ ਨਾਲ 84 ਪਿੰਡ ਗੋਇੰਦਵਾਲ ਸਾਹਿਬ ਦੇ ਨਾਮ ਕਰ ਦਿੱਤੇ ਵੀ ਇਹਨਾਂ ਪਿੰਡਾਂ ਦੇ ਕਰਤਾ ਧਰਤਾ ਗੁਰੂ ਸਾਹਿਬ ਨੇ। ਖੁਸ਼ੀਆਂ ਲੈ ਕੇ ਸਤਿਗੁਰਾਂ ਤੋਂ ਲਾਹੌਰ ਨੂੰ ਰਵਾਨਾ ਹੋਇਆ। ਇਹਨਾਂ ਪਾਵਨ ਪ੍ਰਸੰਗਾਂ ਦਾ ਆਪ ਜੀ ਨੇ ਆਨੰਦ ਮਾਣਿਆ। ਆਓ ਸੁਰਤ ਨੂੰ ਇਕਾਗਰ ਚਿੱਤ ਬਣਾਈਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ। ਦਜ ਵੱਜ ਕੇ ਆਖੋ ਜੀ ਸਤਨਾ ਵਾਹਿਗੁਰੂ ਸਾਹਿਬ ਜੀ, ਸਤਨਾ ਸਤਿਗੁਰੂ।
ਬਾਬਾ ਗੁਰੂ ਅਮਰਦਾਸ ਮਹਾਰਾਜ ਅਕਬਰ ਬਾਦਸ਼ਾਹ ਦੇ ਪ੍ਰੇਮ ਦੀ ਭੇਟਾ ਨੂੰ ਸਵੀਕਾਰਦੇ ਨੇ, ਆਉਣ ਵਾਲਾ ਭਵਿੱਖ ਜਾਣਗੇ। ਇਹ 84 ਦੇ 84 ਪਿੰਡ ਸਤਿਗੁਰਾਂ ਨੇ ਇਹਨਾਂ ਦੀ ਸਪੁਰਦਗੀ ਬਾਬਾ ਬੁੱਢਾ ਜੀ ਨੂੰ ਬਖਸ਼ੀ। ਉਹਨਾਂ 84 ਨਗਰਾਂ ਦੇ ਵਿੱਚੋਂ ਬੀੜ ਬਾਬਾ ਬੁੱਢਾ ਜੀ ਇੱਕ ਨਗਰ ਜਾਣਦੇ ਨੇ ਸਾਹਿਬ। ਇਹ ਸਾਰੇ ਦੇ ਸਾਰੇ ਪਿੰਡਾਂ ਦੀ ਕਾਰ ਭੇਟਾ ਗੁਰਗੱਦੀ ਤੇ ਜਦੋਂ ਗੁਰੂ ਰਾਮਦਾਸ ਬੈਠਣਗੇ ਉਹਨਾਂ ਨੂੰ ਸੌਂਪਣੀ ਹੈ। ਅਜੇ ਇਹ ਗੱਲ ਗੁਰੂ ਸਾਹਿਬ ਜਾਣਦੇ ਆ, ਹੋਰ ਕੋਈ ਨਹੀਂ ਜਾਣਦਾ। ਇਹ ਸਤਿਗੁਰਾਂ ਦੀ ਮੌਜ ਹੈ, ਕਦੋਂ ਕੀ ਕਰਨਾ ਹੈ। ਭੇਟਾ ਸਵੀਕਾਰੀ, ਖੁਸ਼ੀਆਂ ਲੈ ਕੇ ਬਾਦਸ਼ਾਹ ਚਲਿਆ ਗਿਆ। ਇੱਕ ਵਾਰ ਵੀ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਨਹੀਂ ਕੀਤਾ ਵੀ 84 ਪਿੰਡਾਂ ਦੀ ਧੌਣ ਤੇ ਗੋਡਾ ਰੱਖੋ, ਵੀ ਭਾਈ ਸਭ ਕੁਝ ਸਾਨੂੰ ਦਿਓ। ਕਦੇ ਕੁਛ ਨਹੀਂ ਕਿਹਾ। ਆਪਣੀ ਮੌਜ ਨਾਲ ਕੋਈ ਹਾਲੀਆ ਦੇ ਜਾਏ, ਭੇਟਾ ਦੇ ਜਾਏ, ਠੀਕ ਹੈ, ਨਹੀਂ ਕੋਈ ਗੱਲ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਸ ਗੱਲ ਦੀ ਬੜੀ ਵੱਡੀ ਵਡਿਆਈ ਸੀ ਵੀ ਅਕਬਰ ਬਾਦਸ਼ਾਹ ਨੰਗੇ ਪੈਰ ਸਤਿਗੁਰਾਂ ਕੋਲ ਆਏ। ਪੰਗਤ ਵਿੱਚ ਬੈਠ ਕੇ ਸਤਿਗੁਰਾਂ ਦੇ ਕੋਲ ਅਕਬਰ ਨੇ ਭੋਜਨ ਛਕਿਆ। ਛੋਟੀ ਗੱਲ ਨਹੀਂ ਆਮ ਲੋਕਾਂ। ਦੇਖੋ, ਰਾਜੇ ਮਹਾਰਾਜੇ ਬਾਦਸ਼ਾਹ ਮਿਲਦੇ ਰਹਿੰਦੇ ਆ, ਨੋਰਮਲ ਗੱਲ ਹੈ। ਪਰ ਕਿਸੇ ਬਾਦਸ਼ਾਹ ਦਾ ਚਰਨਾਂ ਵਿੱਚ ਬੈਠ ਕੇ ਤੇ ਨੰਗੇ ਪੈਰ ਆਉਣਾ, ਆਦਰ ਸਹਿਤ ਭੋਜਨ ਕਰਨਾ ਤੇ ਖੁਸ਼ੀ ਵਿੱਚ ਆ ਕੇ ਇੰਨਾ ਕੁਝ ਭੇਟ ਕਰ ਜਾਣਾ, ਇਹ ਬੜੀ ਵੱਡੀ ਗੱਲ ਸੀ ਉਸ ਵਕਤ ਦੀ। ਗੁਰੂ ਅਮਰਦਾਸ ਮਹਾਰਾਜ ਨੇਤਾ ਪ੍ਰਤ ਦੀ ਮਰਿਆਦਾ ਦੇ ਅਨੁਸਾਰ ਸੰਗਤਾਂ ਵਿੱਚ ਵਿਚਰਦੇ ਆ। ਦੋਨੋਂ ਵੇਲੇ ਦੀ ਵਾਣ ਸਜਦਾ ਏ ਜਾਨ ਭਵਿਖਿਅਤ ਸਰਬਗਤ ਬਲਧਨ ਜਥਾ ਸਮਾਜ। ਇਹ ਵੀ ਸਤਿਗੁਰੂ ਜਾਣਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਗੁਰੂ ਘਰ ਦਾ ਤਾਣਾ ਬਾਣਾ ਇਹ ਸਮਾਜ ਵਧੇਗਾ, ਭਾਵੇਂ ਕਿ ਤੀਜੇ ਪਾਤਸ਼ਾਹ ਦੀ ਮਾਇਆ ਸਵੀਕਾਰ ਨਹੀਂ ਸੀ ਕਰਦੇ। ਇਸ਼ਾਰਾ ਚੌਥੇ ਪਾਤਸ਼ਾਹ ਵੱਲ ਹੈ ਵੀ ਉਹਨਾਂ ਨੇ ਮਾਇਆ ਨੂੰ ਆਪਣੇ ਘਰ ਦੇ ਅੰਦਰ ਆਉਣ ਦੀ ਪਰਮਿਸ਼ਨ ਦੇਣੀ। ਜਦੋਂ ਮਾਇਆ ਗੁਰੂ ਘਰ ਦੇ ਅੰਦਰ ਪ੍ਰਵੇਸ਼ ਹੋਏਗੀ ਤੇ ਖਰਚੇ ਵਧਣਗੇ, ਸੰਗਤਾਂ ਦੀ ਆਮਦ ਬਹੁਤ ਹੋਏ ਤੇ ਜਿੰਨੀਆਂ ਫਸਲਾਂ ਬੀਜੀਆਂ ਜਾਣਗੀਆਂ ਉਹ ਇਹਨਾਂ ਨਗਰਾਂ ਦੀ ਲੈਂਡ ਤੇ ਧਰਤੀ ਤੇ ਹੋਣਗੀਆਂ। ਇਹ ਸਾਰਾ ਕੁਝ ਜਾਣਦੇ ਹੋਏ ਸਤਿਗੁਰਾਂ ਨੇ ਇਹ ਭੇਟਾ ਸਵੀਕਾਰ ਕੀਤੀ ਹੈ, ਵਰਨਾ ਗੁਰੂ ਪਾਤਸ਼ਾਹ ਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ ਸੀ। ਉਹ ਜਾਣਦੇ ਨੇ ਵੀ ਆਉਣ ਵਾਲੇ ਸਮੇਂ ਵਿੱਚ ਮਹਿਮਾ ਭਾਰੀ ਹੋਣੀ ਹੈ। ਚੌਪਈ ਸ਼੍ਰੀ ਸਤਿਗੁਰ ਇਮ ਭਗਤ ਬਿਥਾਰਤ ਬਖਸ਼ਿਸ਼ ਕਰਤ ਦੇਖ ਕਰ ਆਰਤ। ਸਤਿਗੁਰੂ ਜੀ ਪ੍ਰੇਮਾ ਭਗਤੀ ਦਾ ਜ਼ਿਕਰ ਕਰਦੇ ਨੇ ਸਿੱਖਾਂ ਦੇ ਵਿੱਚ, ਦੁਖੀਆਂ ਦੇ ਦੁੱਖ ਕੱਟਦੇ ਨੇ। ਅੱਜ ਤੱਕ ਕੋਈ ਐਸਾ ਦੁਖੀਆ ਨਹੀਂ ਸੀ ਜੋ ਗੁਰੂ ਅਮਰਦਾਸ ਜੀ ਦੇ ਦਰ ਤੇ ਆਇਆ ਦੁਖੀ ਰਹਿ ਗਿਆ ਹੋਵੇ। ਸਤਿਗੁਰਾਂ ਦੀ ਤੇ ਮਹਿਮਾ ਸੁਣਨ ਵਾਲਾ ਦੁੱਖ ਭੁੱਲ ਜਾਂਦਾ ਆਪਣੇ। ਰੋਗੀਆਂ ਦੇ, ਕੋੜੀਆਂ ਦੇ, ਉਸ ਵਕਤ ਭੀੜਾਂ ਦੇ ਭੀੜ ਤੇ ਕਾਫਲਿਆਂ ਦੇ ਕਾਫਲੇ ਆਉਂਦੇ ਨੇ। ਅੰਮ੍ਰਿਤ ਵੇਲੇ ਸਤਿਗੁਰੂ ਜੀ ਪਹਿਲੀ ਨਜ਼ਰ ਨਾਲ ਤੱਕਦੇ ਨੇ
ਸਤਿਗੁਰਾਂ ਦੇ ਚਰਨਾਂ ਦੇ ਜਲ ਦਾ ਛੱਟਾ ਗੁਰੂ ਕੇ ਸਿੱਖ ਉਹਨਾਂ ਦੇ ਸਰੀਰਾਂ ਤੇ ਮਾਰਦੇ ਨੇ, ਬੌਲੀ ਸਾਹਿਬ ਉਹ ਲੋਕ ਇਸ਼ਨਾਨ ਕਰਦੇ ਭਲੇ ਠੀਕ ਹੋ ਜਾਂਦੇ। ਉਸ ਵਕਤ ਦੇ ਬੜੇ ਲੋਕਾਂ ਨੇ ਸਤਿਗੁਰਾਂ ਦੇ ਦਰ ਦੀ ਬੜੀ ਗੁਰੂਤਾ ਵੀ ਸਾਡਾ ਪਖੰਡ ਨਹੀਂ ਚੱਲ ਰਿਹਾ, ਹਰ ਕੋਈ ਇਸ ਘਰ ਵਿੱਚ ਆਉਂਦਾ ਏ। ਛੋਟੀ ਸੁਤਾ ਸੇਵ ਨਿਤ ਕਰੈ, ਲਖੈ ਪ੍ਰਭੂ ਇਮ ਪਾਉ ਸੁਤਰੈ। ਗੁਰੂ ਅਮਰਦਾਸ ਮਹਾਰਾਜ ਦੀਆਂ ਦੋ ਧੀਆਂ ਨੇ, ਪੁੱਤਰੀਆਂ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਦਾ ਸੁਭਾਅ ਇੰਨਾ ਕੁ ਨਰਮ ਹੈ, ਕਵੀ ਕਹਿੰਦੇ ਉਹਨਾਂ ਨੇ ਕਦੇ ਗੁਰੂ ਅਮਰਦਾਸ ਜੀ ਨੂੰ ਪਿਤਾ ਨਹੀਂ ਵੇਖਿਆ, ਗੁਰੂ ਰੂਪ ਹੀ ਵੇਖਿਆ। ਜੇ ਪਿਤਾ ਜਾਣਨਗੇ ਤੇ ਮਮਤਾ ਕਰਨਗੇ, ਮੋਹ ਸਤਾਊਗਾ, ਹੱਕ ਲੱਗੂ ਆਪਣਾ ਵੀ ਕੁਛ ਨਹੀਂ ਮੰਗ। ਉਹ ਸਤਿਗੁਰਾਂ ਨੂੰ ਆਪਣੇ ਗੁਰੂ ਭਗਵਾਨ ਜਾਣਦੇ। ਬੜਿਆਂ ਨੇ ਕਹਿਣਾ ਪਿਤਾ ਜੀ ਦੇ ਕੋਲੋਂ ਕੁਝ ਵੀ ਮੰਗ ਲਓ, ਕਹਿੰਦੇ ਨਹੀਂ, ਹਿੰਮਤ ਨਹੀਂ ਹੁੰਦੀ। ਉਹ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਐਡੀ ਵੱਡੀ ਸ਼ਰਧਾ ਤੇ ਭਾਵਨਾ ਸੀ ਬੀਬੀ ਭਾਨੀ ਜੀ ਦੀ ਗੁਰੂ ਅਮਰਦਾਸ ਸਤਿਗੁਰਾਂ ਦੇ ਉੱਤੇ। ਪਿਤਾ ਰੂਪ ਜਾਣ ਕੇ ਕਦੇ ਮੱਥਾ ਟੇਕਿਆ ਨਹੀਂ। ਇਤ ਕਰ ਨਹਿ ਜਾਣੇ ਬਹੁ ਸਿਆਣੀ, ਭਾਉ ਭਗਤ ਕੋ ਤਨ ਜਨ ਪਾਨੀ। ਸਤਿਗੁਰਾਂ ਨੇ ਵੀ ਕਦੇ ਬੀਬੀ ਭਾਨੀ ਜੀ ਨੂੰ ਆਪਣੀ ਧੀ ਨਹੀਂ ਜਾਣਿਆ, ਆਪਣੀ ਪੁੱਤਰੀ ਨਹੀਂ ਸਮਝਿਆ। ਉਹ ਵੀ ਗੁਰੂ ਨਾਨਕ ਦੇ ਘਰ ਦੀ ਉਹਨੂੰ ਸਿੱਖ ਨਹੀਂ ਮੰਨਦੇ ਆ, ਇੱਕ ਸਿੱਖ ਦਾ ਰੂਪ ਸਤਿਗੁਰੂ ਉਹਦੇ ਚੋਂ ਵੇਖਦੇ ਆ। ਪਰ ਬੀਬੀ ਭਾਨੀ ਜੀ ਨੇ ਕਦੇ ਮਾਣ ਨਹੀਂ ਸੀ ਜਿਤਾਇਆ ਵੀ ਮੇਰੇ ਪਿਤਾ ਗੁਰੂ ਨੇ, ਇਹ ਰੁਤਬਾ ਸੀ ਉਹਨਾਂ ਦਾ। ਆਮ ਸੰਗਤਾਂ ਵਿੱਚ ਮਿਲ ਕੇ ਸੇਵਾ ਕਰਨੀ, ਸੰਗਤ ਤੋਂ ਸੇਵਾ ਕਰਾਉਣੀ, ਕਦੇ ਕਿਸੇ ਨਾਲ ਲੜਨਾ ਹੀ ਨਹੀਂ। ਤੇ ਇਹਨਾਂ ਦੇ ਪਤੀ ਰਾਮਦਾਸ ਜੀ ਉਹ ਤੇ ਇਹਨਾਂ ਤੋਂ ਵੀ ਕਿਤੇ ਜ਼ਿਆਦਾ ਨਿਰਵਾਣਤਾ ਵਾਲੀ, ਭਾਵੇਂ ਗੁਰੂ ਘਰ ਵਿੱਚ ਉਹਨਾਂ ਨੂੰ ਜਵਾਈ ਦਾ ਰੁਤਬਾ ਮਿਲਿਆ, ਪਰ ਕਦੇ ਉਹਨਾਂ ਨੂੰ ਕਿਸੇ ਨੇ ਸੋਹਣੇ ਕੱਪੜਿਆਂ ਚ ਘੁੰਮਦੇ ਨਹੀਂ ਸੀ ਵੇਖਿਆ ਅੱਜ ਤੱਕ। ਜਦ ਵੇਖਦੇ ਸੀ ਸੇਵਾ ਚ ਹੀ ਲੱਗੇ, ਪਹਿਲਾਂ ਬੌਲੀ ਸਾਹਿਬ ਦੀ ਸੇਵਾ ਕਰਦੇ ਰਹਿੰਦੇ ਸੀ, ਹੁਣ ਸੰਗਤਾਂ ਦੇ ਜੂਠੇ ਬਰਤਨ ਮਾਂਜਦੇ, ਕੱਪੜੇ ਜੂਠ ਨਾਲ ਭਰੇ ਹੁੰਦੇ ਆ, ਮੈਲ ਨਾਲ ਭਰੇ ਹੁੰਦੇ ਆ। ਹੈ ਹੀ ਨਹੀਂ ਸੀ ਮਨ ਵਿੱਚ ਕਦੇ ਵੀ ਗੁਰੂ ਸਾਹਿਬ ਸਾਡਾ ਸਤਿਕਾਰ ਕਰਨ, ਸਾਡਾ ਰੁਤਬਾ ਕੀ ਹੈ। ਤੇ ਬੀਬੀ ਦਾਨੀ ਤੇ ਬੀਬੀ ਭਾਨੀ ਦੋਨੇ ਭੈਣਾਂ ਹੀ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਦੀ ਸੇਵਾ ਕਰਦੀਆਂ, ਕਦੇ ਕਿਸੇ ਨੂੰ ਜਿਤਾਇਆ ਹੀ ਨਹੀਂ ਵੀ ਸਾਡੇ ਤੇ ਪਿਤਾ ਜੀ ਨੇ, ਅਸੀਂ ਤੇ ਤੁਹਾਡੀ ਸਿਫਾਰਿਸ਼ ਕਰ ਦਾਂਗੇ। ਜੇ ਕੋਈ ਕਹਿੰਦਾ ਸੀ ਨਾ ਮਹਾਰਾਜ ਅੱਗੇ ਬੇਨਤੀ ਕਰ ਦਿਓ ਸਾਡੇ ਬਾਰੇ, ਉਹ ਕਹਿੰਦੇ ਨਹੀਂ, ਹੋ ਸਕਦਾ ਸਾਡੇ ਤੋਂ ਪਹਿਲਾਂ ਸਤਿਗੁਰੂ ਤੁਹਾਡੀ ਸੁਣਨ। ਅਸੀਂ ਤੇ ਪਰਿਵਾਰਕ ਲੋਕ ਸਾਨੂੰ ਸੌ ਉਣਤਾਲੀਆਂ ਗਲਤੀਆਂ ਹੁੰਦੀਆਂ, ਇੰਨਾ ਅਕੀਦਾ ਐਡੀ ਭਾਵਨਾ ਸਤਿਗੁਰਾਂ ਤੇ ਰੱਖਦੇ ਨੇ। ਮਨਹੋ ਕੀਰਤੀ ਰੂਪ ਕਰਿਓ ਹੈ, ਕਹਿ ਰਰੀ ਚਿਰੀ ਨਿਜ ਬੇਸ ਧਰਿਓ ਹੈ। ਕਵੀ ਕਹਿੰਦੇ ਮੈਂ ਆਖਾਂ ਮੈਨੂੰ ਲੱਗਦਾ ਬੀਬੀ ਭਾਨੀ ਜੀ ਨੇ ਆਪ ਮਾਇਆ ਦਾ ਰੂਪ ਧਾਰਨ ਕੀਤਾ ਹੋਇਆ। ਮਾਇਆ ਰੱਬ ਦੀ ਖੇਡ ਹੈ, ਅਕਾਲ ਪੁਰਖ ਦੀ ਵਡਿਆਈ ਹੈ। ਰੱਬ ਨੇ ਮਾਇਆ ਸਾਜੀ ਹੈ ਤੇ ਮਾਇਆ ਨੇ ਸੰਸਾਰ ਸਿਰਜਿਆ ਹੋਇਆ, ਕੁਦਰਤ ਦਾ ਇਨਾਮ। ਕਹਿੰਦੇ ਉਸੇ ਕੁਦਰਤ ਦਾ ਰੂਪ ਲੱਗਦੇ ਨੇ ਬੀਬੀ ਭਾਨੀ ਜੀ, ਜਿਨ੍ਹਾਂ ਨੇ ਪਿਤਾ ਗੁਰੂ ਦੀ ਇੰਨੀ ਕੁ ਸੇਵਾ ਕੀਤੀ। ਅੱਜ ਤੱਕ ਦੁਨੀਆਂ ਦੇ ਵਿੱਚ ਵਰਲਡ ਚ ਇਹ ਰਿਕਾਰਡ ਹੈ
ਬੜੀਆਂ ਧੀਆਂ ਜਾਗਦੇ ਹੋਣਗੀਆਂ ਆਪਣੇ ਪਿਤਾ ਦੀ ਸੇਵਾ ਕਰਨ ਵਾਲੀਆਂ। ਪਰ ਇਸ ਗੱਲ ਨੂੰ ਦੁਨੀਆਂ ਮੰਨਦੀ ਹੈ, ਬੀਬੀ ਭਾਨੀ ਜਿੰਨੀ ਸੇਵਾ ਪਿਤਾ ਗੁਰੂ ਦੀ ਨਾ ਕਿਸੇ ਨੇ ਕੀਤੀ ਤੇ ਨਾ ਕਿਸੇ ਤੋਂ ਕਰਵਾਉਣੀ ਆ, ਕਰ ਹੀ ਸਕਦਾ ਕੋਈ। ਗੁਰੂ ਘਰ ਦੇ ਵਿੱਚ ਰਹਿਣਾ ਤੇ ਪਿਤਾ ਤੋਂ ਡਰਦੇ ਰਹਿਣਾ, ਡਰ ਬੜਾ ਹੁੰਦਾ ਸੀ ਸਤਿਗੁਰਾਂ ਵੀ ਸੱਚੇ ਪਾਤਸ਼ਾਹ ਝਿੜਕ ਨਾ ਦੇਣ ਇਸ ਗੱਲ ਤੋਂ ਵੀ ਭਾਈ ਸੰਗਤ ਗਲਤੀ ਕਰੇ, ਸਿੱਖ ਤੇ ਦੂਰੋਂ ਆਇਓ, ਤੁਸੀਂ ਤੇ ਘਰ ਰਹਿੰਦੇ ਹੋ, ਕਿਉਂਕਿ ਘਰ ਚ ਰਹਿਣ ਵਾਲੇ ਤੋਂ ਗੁਨਾਹ ਜ਼ਿਆਦਾ ਹੁੰਦੇ ਆ, ਗਲਤੀਆਂ ਜ਼ਿਆਦਾ ਹੁੰਦੀਆਂ ਨੇ। ਕਹਿੰਦੇ ਜੀ ਰਾਮਦਾਸ ਜੀਆਂ ਨਾਲ ਆਪਣੇ ਪਤੀ ਦੇ ਨਾਲ ਲੱਗ ਕੇ ਦਿਨ ਰਾਤ ਸੰਗਤ ਦੀ ਸੇਵਾ ਕਰਨੀ, ਮੁੱਖ ਬੰਨ ਕੇ ਰੱਖਣਾ, ਕੋਈ ਪਛਾਣੇ ਨਾ, ਕਿਸੇ ਨੂੰ ਪਤਾ ਹੀ ਨਾ ਲੱਗੇ, ਲੰਗਰ ਦੇ ਪ੍ਰਸ਼ਾਦੇ ਵੇਚ ਜਾਣੇ, ਟੋਕਰਿਆਂ ਦੇ ਟੋਕਰੇ ਪ੍ਰਸ਼ਾਦੇ ਪਕਾ ਕੇ ਰੱਖ ਦੇਣੇ ਰਾਮਦਾਸ ਜੀਆਂ ਨੇ ਤੇ ਬੀਬੀ ਭਾਨੀ ਜੀਆਂ ਨੇ, ਦੋਨੋਂ ਲੱਗੇ ਹੁੰਦੇ ਕਈ ਵਾਰ ਰਾਤ ਵੀ ਫਲਾਣੇ ਸਮੇਂ ਤੋਂ ਸੰਗਤ ਨੇ ਆਉਣਾ, ਕਿਉਂਕਿ ਸੰਗਤਾਂ ਆਉਂਦੀਆਂ ਕਾਫਲਿਆਂ ਚ, ਕਿਤੇ 200 ਸਿੱਖ, ਕਿਤੇ 400 ਸਿੱਖ, ਕਿਤੇ 100 ਸਿੱਖ, ਦੇਰ ਸਵੇਰ ਪਹੁੰਚਦੇ ਰਹਿੰਦੇ ਆ, ਕੋਈ ਕਿਸੇ ਵੇਲੇ ਆ ਗਿਆ, ਕੋਈ ਕਿਸੇ ਵੇਲੇ ਆ ਗਿਆ, ਪਰ ਕਦੇ ਕਿਸੇ ਸਿੱਖ ਨੂੰ ਜਾ ਕੇ ਨਹੀਂ ਉਠਾਇਆ, ਭਾਈ ਆ ਜਾ ਪ੍ਰਸ਼ਾਦਾ ਬਣਾਈਏ, ਆਪੇ ਹੀ ਲੱਗ ਜਾਣਾ ਇਹਨਾਂ ਨੂੰ ਵੇਖ, ਜਦੋਂ ਸਿੱਖਾਂ ਨੂੰ ਪਤਾ ਲੱਗਣਾ ਉਹਨਾਂ ਸੇਵਾ ਤੇ ਆ ਜਾਣਾ, ਨਿਮਰਤਾ ਬਸ। ਤੇ ਗੁਰੂ ਸਾਹਿਬ ਵੀ ਵੇਖਦੇ ਰਹਿੰਦੇ ਸੀ ਵੀ ਕਿਤੇ ਸਾਡੇ ਬੱਚਿਆਂ ਦੇ ਮਨ ਵਿੱਚ ਕੋਈ ਮਾਣ ਦੀ ਨਹੀਂ ਹੁੰਦਾ, ਇਹ ਕਿਸੇ ਸਿੱਖ ਨੂੰ, ਕਿਸੇ ਪਿਆਰੇ ਨੂੰ, ਕਿਸੇ ਸੰਗਤ ਨੂੰ ਉੱਚਾ ਨੀਵਾਂ ਬੋਲਦੇ ਨਹੀਂ, ਬੋਲਦੇ ਵੇਖਦੇ ਆ। ਸਤਿਗੁਰੂ ਪਰਖਦੇ ਹਨ ਵੱਡ ਭਾਗਾ ਪ੍ਰਤ ਬ੍ਰਤ ਸੁਸ਼ੀਲਾ ਨਮਰ ਭੂਤ ਨਿਤ ਸੁਮਤ ਗਹੀਲਾ। ਬੀਬੀ ਭਾਨੀ ਜੀ ਦੀ ਨਿਮਰਤਾ ਬੜੀ ਸੀ, ਕਦੇ ਕਿਸੇ ਨੂੰ ਮਾੜਾ ਬੋਲ ਨਹੀਂ ਸੀ ਬੋਲਿਆ, ਇੱਕ ਸੁਭਾਵਕ ਮਨੁੱਖ ਦਾ ਸੁਭਾਅ ਹੈ, ਕੋਈ ਤੁਹਾਡੀ ਇੱਜ਼ਤ ਕਰਦਾ, ਇੱਜ਼ਤ ਕਰਨ ਵਾਲੇ ਨੂੰ ਤੁਸੀਂ ਕਦੇ ਇੱਜ਼ਤ ਨਹੀਂ ਦਿੰਦੇ, ਕੋਈ ਨਿਮਰਤਾ ਵਿੱਚ ਤੁਹਾਡਾ ਸਤਿਕਾਰ ਕਰੇ ਬਦਲੇ ਵਿੱਚ ਤੁਸੀਂ ਕਦੇ ਉਹਨੂੰ ਸਤਿਕਾਰ ਨਹੀਂ ਦਿੰਦੇ, ਕਿਉਂਕਿ ਇਨਸਾਨ ਡਰਦਿਆਂ ਨੂੰ ਡਰਾਉਂਦਾ ਤੇ ਜਿਹਦੀ ਡਾਂਗ ਵੱਡੀ ਹੋਵੇ ਉਹ ਤੋਂ ਸਾਰੇ ਡਰਦੇ। ਹੁਣ ਬੀਬੀ ਭਾਨੀ ਜੀ ਦਾ ਨਿਮਰਤਾ ਦਾ ਸੁਭਾਅ ਵੇਖ, ਕਹਿੰਦੇ ਜਿਹੜੀਆਂ ਸ਼ਰੀਕੇ ਦੀਆਂ ਭੈਣਾਂ ਨੇ ਸਤਿਗੁਰਾਂ ਦੇ ਭਰਾ ਦੇ ਅੱਗੇ ਧੀ ਪੁੱਤ, ਕਹਿੰਦੀ ਉਹਨਾਂ ਨੇ ਨਾ ਬੜੀ ਵਾਰ ਟਿੱਚਰਾਂ ਕਰਨੀਆਂ, ਬੜੀ ਵਾਰ ਮਖੌਲ ਕਰਨੇ, ਵੀ ਇਹਨੇ ਕਿਹੜਾ ਕੁਛ ਕਹਿਣਾ, ਇੱਕ ਨਰਮ ਸੁਭਾਅ ਏ ਬੜਾ ਕੁਝ ਬੋਲਣਾ। ਕਹਿੰਦੇ ਬੜੀ ਵਾਰ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਬੀਬੀ ਭਾਨੀ ਜੀ ਨੇ ਇਗਨੋਰ ਕਰ ਦੇਣਾ, ਅਣਡਿੱਠ ਕਰ ਦੇਣਾ, ਕਦੇ ਮਨ ਤੇ ਲਾਇਆ ਹੀ ਨਾ। ਅਪਰ ਨਿਕਟ ਕੋ ਹੋਣ ਨਾ ਪਾਵੈ, ਇਹ ਤਰ ਸ਼ਰਧਾ ਸੇਵ ਕਮਾਵੈ। ਤੇ ਸੇਵਾ ਵਿੱਚ ਹਰ ਵੇਲੇ ਤਤਪਰ ਰਹਿਣਾ, ਕਦੇ ਸਤਿਗੁਰਾਂ ਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ ਵੀ ਕਿਸੇ ਸਿੱਖ ਨੂੰ ਆਖਣ ਵੀ ਭਾਈ ਆਹ ਕੰਮ ਤੂੰ ਕਰਿਆ। ਇੱਕ ਭਾਈ ਬੱਲੂ ਜੀ, ਦੂਜੇ ਬੀਬੀ ਭਾਨੀ ਜੀ, ਦਿਨ ਰਾਤ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹੀ ਬੈਠੇ ਰਹੇ, ਸੇਵਾ ਸੀ ਸੇਵਾ, ਦਿਖਾਵਾ ਨਹੀਂ ਸੀ। ਕਹਿੰਦੀ ਹੁਣ ਇਹ ਸੇਵਾ ਵੇਖ, ਜਿਹੜੇ ਸ਼ਰੀਕ ਸੀ ਉਹਨਾਂ ਦੇ ਮਨ 'ਚ ਆਉਂਦਾ ਸੀ ਵੀ ਧੀ ਪਿਤਾ ਦੀ ਇੰਨੀ ਸੇਵਾ ਕਰਦੀ ਹੈ, ਪਿਤਾ ਨੇ ਕਦੇ ਆਪਣੀ ਧੀ ਨੂੰ ਕੁਝ ਦਿੱਤਾ ਹੀ ਨਹੀਂ, ਲੋਕ ਪਿਆਰ ਨਹੀਂ ਵੇਖਦੇ, ਜਮਾਨਾ ਲੈਣ ਦੇਣ ਵੇਖਦਾ। ਕਿਸੇ ਦਾ ਪੁੱਤ ਵਿਆਹਿਆ, ਲੋਕ ਪੁੱਛਦੇ ਆ ਨੂੰ ਕੀ ਲੈ ਕੇ ਆਈ ਹੈ, ਸੱਚ ਹੈ ਝੂਠ ਹੈ,
ਲੱਖ ਕੋਈ ਕਹੇ ਅਸੀਂ ਦਾਜ ਨਹੀਂ ਲੈਂਦੇ, ਅਸੀਂ ਆਹ ਨਹੀਂ ਲੈਣਾ, ਪਰ ਸ਼ਰੀਕੇ ਵਿੱਚ ਗੱਲਾਂ ਹੁੰਦੀਆਂ ਨੇ ਤੇ ਹੁੰਦੀਆਂ ਰਹਿਣੀਆਂ ਨੇ ਸਮਾਜ। ਕਿਸੇ ਦੇ ਧੀ ਵਿਆਹੀ ਹੈ, ਜੇ ਉਹਨੇ ਦਾਜ ਨਹੀਂ ਦਿੱਤਾ ਤੇ ਉਹਨੂੰ ਇਹ ਕਹਿਣਾ ਪੈਂਦਾ ਅਸੀਂ ਪੈਲਸ ਬਹੁਤ ਵੱਡਾ ਕੀਤਾ, ਅਸੀਂ ਖਰਚਾ ਬਹੁਤ ਕੀਤਾ। ਗੱਲ ਤੇ ਫਿਰ ਉੱਥੇ ਹੀ ਆ ਗਈ, ਜਿਹੋ ਜਿਹਾ ਦਾਜ ਦਿੱਤਾ ਉਹੋ ਜਿਹਾ ਖਰਚਾ ਕੀਤਾ ਤੇ ਅੱਗੋਂ ਅਗਲੇ ਵੀ ਮੂੰਹ ਅੱਡ ਕੇ ਕਹਿ ਦਿੰਦੇ ਆ, ਕਹਿੰਦੇ ਦੇਖੋ ਅਸੀਂ ਲੈਣਾ ਲਾਉਣਾ ਕੁਛ ਨਹੀਂ ਜੀ, ਵਿਆਹ ਵਧੀਆ ਕਰਦੇ ਹੋ। ਫਿਰ ਦਾਜ ਮੰਗਣ ਵਾਲਿਆਂ ਨੂੰ ਘੱਟ ਨਹੀਂ, ਜਿਹਨੇ ਵਿਆਹ ਵਧੀਆ ਮੰਗ ਲਿਆ, ਜਿਹਨੇ ਤੁਹਾਡੇ ਹਾਲਾਤ ਨਹੀਂ ਵੇਖੇ, ਜਿਹੜਾ ਕਹਿੰਦਾ 5 ਲੱਖ ਦੀ ਸ਼ਰਾਬ ਲੈ ਆਓ, 2.5 ਲੱਖ ਦਾ ਮਾਸ ਲੈ ਆਓ, ਚੰਗਾ ਪੈਲਸ ਕਰ ਦਿਓ ਜੀ, ਦੋਸ਼ੀ ਦੋਨੋਂ ਨਹੀਂ। ਪਰ ਜੇ ਕੋਈ ਨਿਮਰਤਾਵਾਨ ਸੇਵਾ ਸਿਮਰਨ ਕਰਦਾ, ਜਮਾਨਾ ਉਹਨੂੰ ਟੇਕਣ ਨਹੀਂ ਦਿੰਦਾ ਜਦੋਂ ਤੱਕ ਉਹ ਆਪਣੇ ਰੌਦਰ ਰੂਪ ਚ ਨਹੀਂ ਆਉਂਦਾ। ਇਸੇ ਕਰਕੇ ਗੁਰੂ ਕਲਗੀਧਰ ਜੀ ਨੇ ਤਲਵਾਰ ਚੁੱਕੀ, ਆਖਿਆ ਇਕੱਲੀ ਭਗਤੀ ਕਰਕੇ ਨੀ ਸਰਨਾ, ਸ਼ਕਤੀ ਵੀ ਰੱਖਣੀ ਪੈਣੀ ਆ। ਅੱਜ ਤੁਸੀਂ ਨਿਮਰਤਾ ਚ ਰਹੋ, ਕਿਸੇ ਨੂੰ ਕੁਝ ਕਹੋ ਹੀ ਨਾ ਆਪਣੇ ਪਰਿਵਾਰ ਚ, ਵੀ ਜਿਹੜਾ ਜੋ ਕਹਿੰਦਾ ਠੀਕ ਹੈ, ਲੋਕ ਤੁਹਾਨੂੰ ਰੱਸੀ ਬਣਾ ਲੈਣਗੇ, ਲੋਕ ਤੁਹਾਨੂੰ ਪੈਰ ਦੀ ਜੁੱਤੀ ਬਣਾ ਲੈਣਗੇ, ਵੀ ਜਿਹਨੇ ਪਾਈ ਲਾਤੀ, ਜਿਹਨੇ ਪਾਈ ਲਾਤੀ। ਤੇ ਜਦੋਂ ਤੁਸੀਂ ਡਾਂਗ ਚੁੱਕ ਲਈ, ਆਪਣੇ ਹੱਕਾਂ ਲਈ ਬੋਲਣ ਲੱਗ ਪਏ, ਕੋਈ ਉਦਣ ਤੁਹਾਡੀ ਵਿਰੋਧਤਾ ਕਰਨ ਵਾਲੇ ਤੁਹਾਡੇ ਸਾਹਮਣੇ ਥਰ ਥਰ ਕੰਬਣ ਲੱਗ ਜਾਣਗੇ। ਕਿਸੇ ਸ਼ਾਇਰ ਨੇ ਲਿਖਿਆ, ਅੱਤ ਸੁਦੇ ਨਹਿ ਹੋਈਐ ਕੁਛ ਟੇਡ ਦੇ ਦਿੜਹਾਰ, ਸੂਦੀ ਲੱਕੜੀ ਕਾਟੀ ਐ ਟੇਡੀ ਕੱਟ ਨਾ ਬਾਰ। ਕਹਿੰਦੇ ਇੰਨਾ ਵੀ ਸਿੱਧਾ ਨਾ ਬਣ ਜੀ, ਸਿੱਧਿਆਂ ਦਰਖਤਾਂ ਨੂੰ ਹਰ ਕੋਈ ਕੱਟ ਕੇ ਲੈ ਜਾਂਦਾ, ਕੋਈ ਕਹਿੰਦਾ ਵਧੀਆ ਦਰਵਾਜ਼ੇ ਬਣਨਗੇ, ਸੋਹਣੇ ਬੈੱਡ ਬਣਨਗੇ, ਚੰਗੀਆਂ ਤਾਕੀਆਂ ਬਣ ਜਾਣਗੀਆਂ, ਪਰ ਕਹਿੰਦੇ ਜੇ ਰੁੱਖ ਟੇਢਾ ਹੋਵੇ ਨਾ ਥੋੜਾ ਜਿਹਾ, ਵੀ ਕੋਈ ਆਰਾ ਪਾਉਂਦਾ ਹੀ ਨਹੀਂ ਆਖੋ ਸਤਨਾਮ। ਕਹਿੰਦੇ ਤੇ ਪਾਲਣ ਦੇ ਵੀ ਕੰਮ ਨਹੀਂ ਆਉਣਾ, ਕਿਹੜੇ ਕੰਮ ਆਊਗਾ ਜ਼ਿੰਦਗੀ ਚ, ਇੰਨੇ ਵੀ ਸਿੱਧੇ ਨਾ ਹੋਈਏ ਵੀ ਜਣਾ ਖਣਾ ਦਾਬਾ ਮਾਰ ਕੇ ਕੰਮ ਕਰਾਈ ਜਾਵੇ ਤੁਹਾਡੇ। ਯਾਰ ਖਾਲਸੇ ਆ, ਗੁਰੂ ਦੇ ਪੁੱਤਰ ਆ, ਕੋਈ ਯੋਗੀ ਸਾਧ ਥੋੜੀ ਆ ਮੱਠਾ ਵਾਲੇ, ਵੀ ਜੇ ਕਿਸੇ ਨੇ ਥੱਪੜ ਮਾਰਿਆ ਜੀ ਇੱਧਰ ਲਈ ਗੱਲ ਤੇ ਮਾਰ ਲਾ, ਆਹ ਖਾਲਸੇ ਦਾ ਕੰਮ ਨਹੀਂ, ਇਹ ਹੋਣਾ ਕਿਸੇ ਦਾ ਖਾਲਸੇ ਦਾ। ਖਾਲਸਾ ਮਾੜਾ ਕਹਿੰਦਾ ਨੀ ਤੇ ਮਾੜਾ ਜਾਂਦਾ ਨੀ, ਨਿਮਰਤਾ ਵਿੱਚ ਰਹਿੰਦਾ ਏ, ਇੱਜ਼ਤ ਸਤਿਕਾਰ ਕਰਦਾ। ਜੇ ਕੋਈ ਨਹੀਂ ਕਰਦਾ ਤੇ ਫਿਰ ਉਹਨੂੰ ਚਾਟਾ ਵੀ ਸ਼ਿਕਾਰ ਨਹੀਂ, ਕਹਿੰਦੇ ਸਾਨੂੰ ਲੋੜ ਕੀ ਹੈ। ਬੀਬੀ ਭਾਨੀ ਜੀ ਦਾ ਨਿਮਰਤਾ ਭਰਿਆ ਸੁਭਾਅ ਸੀ, ਕਦੇ ਕਿਸੇ ਨੂੰ ਮੋੜ ਕੇ ਨਹੀਂ ਸੀ ਕਹਿੰਦੇ। ਜ਼ਿੰਦਗੀ ਚ ਜਵਾਬ ਦੇਣਾ ਸਿੱਖੋ ਆਪਣੇ ਹੱਕ ਲਈ, ਇੰਨੇ ਵੀ ਢੱਲੜ ਨਾ ਬਣ ਜਾਇਓ, ਦੁਨੀਆਂ ਤੁਹਾਨੂੰ ਵਰਤ ਕੇ ਤੇ ਤੁਹਾਨੂੰ ਹੀ ਭੰਡ ਜਾਏਗਾ। ਸਤਨਾਮ ਸਾਰੇ ਗੁਣਾਂ ਦੀ ਪੰਡ, ਗੁਨਾਹਾਂ ਦੀ ਪੰਡ। ਗੁਰੂ ਅਮਰਦਾਸ ਮਹਾਰਾਜ ਵੇਖਦੇ ਆ ਵੀ ਪੁੱਤਰੀ ਸੁਣਦੀ ਬੜਾ ਕੁਝ ਹੈ, ਕਦੇ ਕਿਹਾ ਨਹੀਂ, ਸਤਿਗੁਰ ਤੇ ਅੰਤਰਜਾਮੀ ਨੇ। ਹੁਣ ਬੀਬੀ ਭਾਨੀ ਜੀ ਨੂੰ ਉਹਨਾਂ ਨੇ ਕਹਿਣਾ, ਨੂਹਾਨੀਆਂ ਘਰ ਦੇ ਵਿੱਚ ਉਹਨਾਂ ਦਾ ਵੀ ਇਹੀ ਕੰਮ ਵੀ ਤੂੰ ਕਦੇ ਸੋਹਣੇ ਕੱਪੜੇ ਨਹੀਂ ਪਾਉਂਦੀ, ਇਹ ਸ਼ਬਦ ਤੇਰੇ ਕੁਝ ਲਾਇਆ ਨਹੀਂ ਹੁੰਦਾ। ਹੁਣ ਉਹ ਤੇ ਨਿਮਰਤਾ ਵਾਲੇ ਆ, ਸੇਵਾ ਵਾਲੇ, ਉਹਨਾਂ ਨੂੰ ਤੇ ਚੀਜ਼ਾਂ ਚੰਗੀਆਂ ਹੀ ਨਹੀਂ ਲੱਗਦੀਆਂ, ਪਰ ਸ਼ਰੀਕੇ ਚ ਇਹ ਕੰਮ ਆ। ਤੁਸੀਂ ਅੱਜ ਵੀ ਚਲੇ ਜਾਓ, ਜੇ ਕੋਈ ਅੰਮ੍ਰਿਤ ਛਕ ਲੈ ਨਾ ਧੀ ਭੈਣ, ਤੇ ਉਹਦੇ ਆਲੇ ਦੁਆਲੇ ਜਿੰਨੀਆਂ ਫਿਰਨਗੇ ਰਿਸ਼ਤੇਦਾਰੀ ਚੁੱਕ ਕੇ, ਫਿਰ ਕੀ ਹੋ ਗਿਆ, ਦੁਨੀਆਂ ਦੇ ਸਿਰ ਨੰਗਾ ਰੱਖਿਆ, ਤੂੰ ਟੁੱਟ ਕੀ ਫਿਰਦੀ ਆ, ਆ ਤੂੰ ਲਿਪਸਟਿਕ ਕਿਉਂ ਨਹੀਂ ਲਾਈ, ਤੂੰ ਆ ਫਲਾਣਾ ਕਿਉਂ ਨਹੀਂ ਲਾਇਆ। ਪ੍ਰਭਾਵ ਪੈ ਜਾਂਦਾ, ਇੱਕ ਕਹੂਗਾ, ਦੋ ਕਹੂਗਾ, ਚਾਰ ਕਹੂਗਾ, ਮਨ ਕਹਿੰਦਾ ਲੈ ਦੁਨੀਆਂ ਕਰਦੀ ਆਪਾਂ ਵੀ ਕਰ ਲੈਂਦੇ।
ਕਿ ਜੀ ਕਈ ਸਾਲਾਂ ਤੱਕ ਬੀਬੀ ਭਾਨੀ ਜੀ ਇਹ ਸੁਣਦੇ ਰਹੇ ਕਈ ਸਾਲਾਂ। ਹੁਣ ਔਰਤਾਂ ਕੋਲ ਦੋ ਹੀ ਗੱਲਾਂ ਹੁੰਦੀਆਂ, ਜਾ ਗਹਿਣੇ ਜਾ ਕੱਪੜੇ, ਤੀਜੀ ਤੇ ਗੱਲ ਹੀ ਕੋਈ ਨੀ ਆਪ ਸਤਨਾਮ। ਅੱਜ ਵੀ ਪਰਖ ਲੋ, ਤੀਜੀ ਗੱਲ ਹੀ ਹੈ ਨੀ ਇਹਨਾਂ ਕੋਲ, ਕੋਈ ਗੱਲਾਂ ਹੀ ਦੋ। ਮੈਂ ਸੋਹਣੀ ਲੱਗਣਾ ਤੇ ਇੱਥੋਂ ਵੱਧ ਲੱਗਣਾ, ਮੈਂ ਇੱਥੋਂ ਕੱਪੜੇ ਖਰੀਦੇ ਮੈਂ ਉੱਥੋਂ ਖਰੀਦੇ, ਮਾਫ ਕਰਿਓ ਕਿਤੇ ਫੈਕਟਰੀ ਨਾ ਖਰੀਦ ਲੈਣਾ। ਇੱਕ ਦੋ ਕੱਪੜਿਆਂ ਕੀ ਇੰਨੀ ਹਵਾ ਹੁੰਦੀ, ਇੰਨਾ ਹੰਕਾਰ ਹੁੰਦਾ, ਤੇ ਜੇ ਕਿਤੇ ਫੈਕਟਰੀ ਦੀਆਂ ਮਾਲਕ ਬਣ ਜਾਣੀ, ਜਿਉਣ ਦੇਣ ਲੋਕਾਂ ਨੂੰ। ਇਹ ਫਿਰਦੀ ਹੈ ਸਮਾਜ ਦੀ, ਪਰ ਉਸ ਵਕਤ ਕਹਿੰਦੇ ਉਹਨਾਂ ਨੇ ਇਹ ਸ਼ਬਦ ਬੋਲਣੇ, ਬੋਲਣੇ ਤਾਨਾ ਮਾਰ ਕੇ। ਚਲੋ ਜੇ ਤੀ ਪੋਲਾਈਟ ਵਿੱਚ ਕਹਿਣ ਉਹ ਵੀ ਭਾਈ ਤੂੰ ਸੋਹਣੇ ਕੱਪੜੇ ਪਾਇਆ ਕਰ, ਤੂੰ ਸੱਜ ਕੇ ਰਿਹਾ ਕਰ, ਫਿਰ ਤੇ ਗੱਲ ਨਾ ਹੁੰਦੀ। ਉਹਨਾਂ ਬੜਾ ਕੁਛ ਬੋਲਣਾ ਵੀ ਏਡਾ ਵੱਡਾ ਘਰ ਆ, ਇੰਨੀਆਂ ਸੰਗਤਾਂ, ਹੁਣ ਤੇ ਅਕਬਰ ਬਾਦਸ਼ਾਹ ਵੀ ਆ ਗਿਆ, ਤੁਹਾਡਾ ਤੇ ਪਹਿਰਾਵਾ ਹੀ ਨਹੀਂ ਬਦਲਿਆ। ਕਹਿੰਦੇ ਹੌਲੀ ਹੌਲੀ ਬੀਬੀ ਭਾਨੀ ਜੀ ਦੇ ਉੱਤੇ ਉਹਨਾਂ ਗੱਲਾਂ ਦਾ ਅਸਰ ਹੋਣ ਲੱਗ ਗਿਆ। ਕਿਉਂ ਹੁੰਦਾ ਅਸਰ? ਬਹੁਤੇ ਸੋਫਟ ਲੋਕ, ਨੋਰਮਲ ਖਿਰਦੇ ਵਾਲੇ, ਜਿਹਨਾਂ ਦਾ ਆਮ ਜਿਹਾ ਦਿਲ ਹੁੰਦਾ, ਮਾੜੀ ਜੀ ਗੱਲ ਤੋਂ ਡਰ ਜਾਂਦੇ ਆ, ਘਬਰਾ ਜਾਂਦੇ ਆ, ਤੇ ਸੱਚੀ ਦੁਨੀਆ ਨਜਾਇਜ਼ ਫਾਇਦਾ ਬੜਾ ਚੁੱਕਦੀ ਹੈ। ਹੁਣ ਬੀਬੀ ਭਾਨੀ ਨੇ ਕਦੇ ਕਿਸੇ ਨੂੰ ਕੁਝ ਕਿਹਾ ਨਹੀਂ ਸੀ, ਤੇ ਉਹਨਾਂ ਔਰਤਾਂ ਨੇ, ਸ਼ਰੀਕੇ ਵਾਲੀਆਂ ਨੇ ਇਹਨਾਂ ਨੂੰ ਤਾਬੇ ਮਾਰਨੇ ਵੀ ਜੇ ਤੂੰ ਹੁਣ ਕੁਝ ਨਾ ਖਰੀਦਿਆ ਤੇ ਕਦੋਂ ਖਰੀਦਣਾ? ਹੁਣ ਤੇ ਤੇਰੇ ਪਿਤਾ ਸਤਿਗੁਰੂ ਨੇ, ਤੇਰੇ ਪਿਤਾ ਜੀ ਦੁਨੀਆਂ ਦੇ ਮਾਲਕ ਨੇ, ਧੀਏ ਕੋਈ ਕੱਪੜੇ ਵਧੀਆ ਪਾਇਆ ਕਰ, ਮਹਿੰਗੇ ਪਾ। ਹਰ ਵਾਰ ਬੀਬੀ ਭਾਨੀ ਨੇ ਹੱਸ ਕੇ ਟਾਲ ਦੇਣਾ, ਕਹਿੰਦੇ ਨਹੀਂ ਸਾਨੂੰ ਨਹੀਂ ਚੰਗੇ ਲੱਗਦੇ, ਸਾਡਾ ਤੇ ਮਨ ਗੁਰੂ ਦੀ ਸੇਵਾ ਚ ਲੱਗਾ, ਇਹੋ ਜਿਹੇ ਕੱਪੜੇ ਪਾ ਕੇ ਸੇਵਾ ਥੋੜੀ ਕਰ ਸਕਦੇ, ਏਦਾਂ ਦੇ ਵਸਤਰ ਪਾ ਕੇ ਨਾਮ ਜਪਿਆ ਜਾਣਾ ਨਹੀਂ। ਜਥਾ ਪ੍ਰਸੰਨ ਹੋਹੇ ਪਿਤ ਹੇਰ, ਤਥਾ ਕਰੇ ਨਿਤ ਸੇਵ ਬਡੇਰ। ਹੁਣ ਸਭ ਨੂੰ ਮੁਸ਼ਕਿਲ ਕਿਹੜੀ ਗੱਲ ਦੀ ਹੈ? ਮੁਸ਼ਕਿਲ ਇਸ ਗੱਲ ਦੀ ਹੈ ਵੀ ਬੀਬੀ ਭਾਨੀ ਜੀ ਨੂੰ ਸਾਰੇ ਪ੍ਰੇਮ ਕਰਦੇ ਆ, ਸਾਰੇ ਸਤਿਕਾਰ ਕਰਦੇ ਆ, ਤੇ ਗੁਰੂ ਪਾਤਸ਼ਾਹ ਦੇ ਦਰਬਾਰ ਚ ਆਉਣਾ ਤੇ ਮਹਾਰਾਜ ਨੇ ਬੜੇ ਅਦਬ ਨਾਲ ਬੁਲਾਉਣਾ, ਕੋਲੇ ਬਿਠਾਉਣਾ, ਕਿਉਂਕਿ ਉਹ ਮਰਿਆਦਾ ਵਿੱਚ ਰਹਿੰਦੇ ਆ, ਉਹ ਗੁਰਮਤ ਵਿੱਚ ਰੰਗੇ ਹੋਏ ਨੇ, ਗੁਰੂ ਵੀ ਉਹਨਾਂ ਨੂੰ ਕੋਲ ਬਿਠਾਉਂਦੇ ਆ ਜੀ ਜਿਹੜਾ ਗੁਰੂ ਦੇ ਮੁਤਾਬਕ ਚੱਲਦਾ। ਉਹ ਜਿਹਨੇ ਡੈਣ ਵਾਂਗੂ ਮੂੰਹ ਸਿਰ ਲੱਭਿਆ ਹੋਵੇ ਤੇ ਗੁਰੂ ਕੋਲ ਬਹਿ ਸਕਦਾ? ਤੁਸੀਂ ਗੱਲਾਂ ਕਰਦੇ ਹੋ ਨਾ ਵਿਆਹ ਤੇ ਜਾਇਜ਼ ਆ ਜੀ, ਮੈਂ ਕਹਿਣਾ ਤੁਸੀਂ ਲਾ ਕੇ ਲਿਪਸਟਿਕ ਲਾ ਕੇ ਬਿੰਦੀ ਬਹਿ ਕੇ ਵਿਖਾਓ, ਤਾਬਿਆ ਨੇ ਕਿਸੇ ਨੇ ਚੌਂਕ ਸਾਹਿਬ ਸੱਚਣਾ ਹੋਏਗਾ। ਜਿਹੜੇ ਕੰਮ ਅਸੀਂ ਗੁਰੂ ਦੀ ਹਜ਼ੂਰੀ ਤਾਬਿਆ ਨਹੀਂ ਬਹਿ ਕਰ ਸਕਦੇ, ਉਹ ਦਰਬਾਰ ਚ ਕਿਵੇਂ ਬਹਿ ਸਕਦੇ? ਅਸਲ ਮਰਿਆਦਾ ਤੇ ਇਹ ਹੈ ਨਾ ਜੀ, ਜਿਵੇਂ ਮਰਦ ਵੀਰ ਕਦੇ ਬੈਲਟਾਂ ਲਾ ਕੇ ਗੁਰੂ ਦੇ ਦਰਬਾਰ ਚ ਨਹੀਂ ਵੜਦੇ। ਤੁਸੀਂ ਕਿਸੇ ਪੁਲਿਸ ਵਾਲੇ ਵੀਰ ਨੂੰ ਵੇਖ ਲਿਓ, ਉਹ ਜਦ ਵੀ ਸਤਿਗੁਰਾਂ ਦੇ ਦਰਬਾਰ ਚ ਆਉਣਗੇ ਬੈਲਟ ਲਾ ਕੇ ਆਉਣਗੇ, ਉਹਨਾਂ ਨੂੰ ਪਤਾ ਹੈ ਸਤਿਗੁਰਾਂ ਦਾ ਸਤਿਕਾਰ ਕੀ ਹੈ, ਗੁਰੂ ਸਾਹਿਬ ਕੀ ਹੈ। ਇਹ ਅਦਬ ਦੀਆਂ ਗੱਲਾਂ ਨੇ, ਹੁੰਦਾ ਕਿਸੇ ਚੀਜ਼ ਨਾਲ ਕੁਛ ਨਹੀਂ, ਕੋਈ ਫਰਕ ਨਹੀਂ ਪੈਂਦਾ ਅਸੀਂ ਕੀ ਚੀਜ਼ਾਂ ਕੁਛ ਵੀ ਹੈ। ਪਰ ਬੀਬੀ ਭਾਨੀ ਜੀ ਦੀ ਨਿਰਮਾਣਤਾ, ਉਹਨਾਂ ਦਾ ਪ੍ਰੇਮ ਵੇਖ, ਸਤਿਗੁਰੂ ਹਮੇਸ਼ਾ ਪ੍ਰਸੰਨ ਹੋ ਕੇ ਆਖਦੇ, ਕਹਿੰਦੇ ਧੀਏ ਮੰਗ ਲਾ ਕੁਛ, ਪ੍ਰਸੰਨਾ ਤੇਰੇ ਤੇ। ਉਹਨਾਂ ਕਹਿਣਾ ਨਹੀਂ ਪਾਤਸ਼ਾਹ ਮੈਨੂੰ ਕੁਛ ਨਹੀਂ ਚਾਹੀਦਾ, ਤੁਹਾਡੇ ਦਰ ਦੀ ਸੇਵਾ ਏ, ਇਹ ਮੇਰੇ ਤੋਂ ਖੋਏ ਹੋਣਾ। ਪਹਿਰ ਰਾਤ ਤੇ ਕਰੇ ਇਸ਼ਨਾਨ, ਤਬ ਪਹੁੰਚੇ ਦਰਸ਼ਨ ਹਿਤ ਠਾਨ। ਜਦੋਂ ਸਤਿਗੁਰਾਂ ਨੇ ਇਸ਼ਨਾਨ ਕਰਨਾ, ਕਹਿੰਦੇ ਉਸੇ ਸਮੇਂ ਦੌਰਾਨ ਬੀਬੀ ਭਾਨੀ ਜੀ ਇਸ਼ਨਾਨ ਕਰਕੇ ਸੀ, ਸਾਦਗੀ ਦੇ ਵਸਤਰ ਪਾ ਕੇ ਗੁਰੂ ਪਿਤਾ ਦੇ ਦਰਬਾਰ ਚ ਆ ਜਾਂਦੇ ਨੇ। ਅਜੇ ਸਿੱਖ ਬਾਅਦ ਚ ਪਹੁੰਚਦੇ ਆ,
ਪਰ ਬੀਬੀ ਭਾਨੀ ਜੀ ਸਤਿਗੁਰਾਂ ਦੀ ਸੇਵਾ ਚ ਪਹਿਲਾਂ ਹੀ ਹਾਜ਼ਰ ਹੋ ਗਏ, ਹੱਥ ਜੋੜ ਕੇ ਖੜੇ ਜੀ ਕੋਲੇ, ਸਤਿਗੁਰਾਂ ਦੇ ਚਰਨ ਘੁੱਟੀ ਜਾਂਦੇ। ਆਦਰ ਆਦਰ ਪ੍ਰੇਮ ਸੀ ਤੇ ਗੁਰੂ ਪਾਤਸ਼ਾਹ ਨੇ ਬੜੀ ਵਾਰ ਕਹਿਣਾ ਤੁਹਾਡੀ ਸੇਵਾ ਸਫਲ ਹੀ ਧੀਏ ਤੁਸੀਂ ਹੈ, ਨਹੀਂ ਉਹਨਾਂ ਨੇ ਸਤਿਗੁਰਾਂ ਦੇ ਪਲਗੇ ਦੇ ਪਾਵੇ ਦੇ ਹੋਰ ਬੈਠੇ, ਕੰਮ ਹੋਵੇ ਨਾ ਹੋਵੇ ਬੜੀ ਵੱਡੀ ਸੇਵਾ ਏ ਉਸ ਵਕਤ ਹਾਜ਼ਰ ਹੋਣਾ। ਮਨ ਕਰ ਬੰਧਨ ਕਰੈ ਸਦੀਵ, ਪਿਤਾ ਪਰਮੇਸ਼ਰ ਜਾਣੈ ਜੀਵ। ਮਨ ਕਰਕੇ ਸਤਿਗੁਰਾਂ ਨੂੰ ਹਰ ਵੇਲੇ ਨਮਸਕਾਰਾਂ ਕਰੀ ਜਾਣੀਆਂ, ਕੋਲ ਬੈਠੇ ਅਰਦਾਸਾਂ ਕਰੀ ਜਾਣੀਆਂ, ਸਤਿਗੁਰੂ ਜੀ ਕਿਤੇ ਦੂਰੀ ਨਾ ਪਾ ਲਿਓ ਸੱਚੇ ਪਾਤਸ਼ਾਹ, ਕਿਤੇ ਚਰਨਾਂ ਤੋਂ ਦੂਰ ਨਾ ਕਰ ਦਿਓ, ਕਿਤੇ ਸੇਵਾ ਨਾ ਖੋਲਿਓ। ਮਰਦ ਨੇ ਉਹਨਾਂ ਵੱਲ ਵੇਖਣਾ ਵੀ ਕਰ ਸੇਵਾ ਰਹੀ ਨੇ, ਮਨ ਇੱਧਰ ਜੁੜਿਆ ਜਾ। ਤੇ ਬੜੀ ਵਾਰ ਗੁਰੂ ਪਾਤਸ਼ਾਹ ਨੇ ਪੁੱਛਣਾ ਪੁੱਤ ਕੁਛ ਚਾਹੀਦਾ ਹੋਵੇ, ਕਹਿੰਦੇ ਨਹੀਂ ਗੁਰੂ ਜੀ, ਪਿਤਾ ਜੀ ਤੇ ਕਿਹਾ ਹੀ ਨਹੀਂ ਕਰਦੇ, ਕਿਉਂਕਿ ਪਿਤਾ ਸ਼ਬਦ ਹੋਰ ਹੈ ਤੇ ਗੁਰੂ ਸ਼ਬਦ ਤੇ ਬਹੁਤ ਵੱਡਾ ਹੈ। ਗੁਰੂ ਜਾਣ ਕੇ ਉਹ ਸੇਵਾ ਨਿਭਾਉਂਦੇ ਹਨ। ਬਹੁਰ ਸੇਵ ਹਿਤ ਜਬ ਕਬ ਆਵੇ, ਭਾਨੀ ਕ੍ਰਿਤ ਗੁਰੂ ਮਨ ਭਾਵੈ। ਬੀਬੀ ਭਾਨੀ ਜੀ ਦੀ ਸੇਵਾ ਵੇਖ ਸਤਿਗੁਰੂ ਪ੍ਰਸੰਨ ਹੁੰਦੇ ਰਹਿੰਦੇ ਆ। ਸਤਿਗੁਰਾਂ ਸਿਫਤ ਵੀ ਕਰਦੀ ਪਰ ਸਾਹਮਣੇ ਨਹੀਂ ਸੀ ਕਰਦੇ। ਪਰ ਇੱਕ ਦਿਨ ਮਰਦ ਨੇ ਜਾਣਿਆ ਵੀ ਇਹਨਾਂ ਦਾ ਮਨ ਹੁਣ ਸੇਵਾ ਵਿੱਚ ਬੈਠੀਆਂ ਵੀ ਪਰੇਸ਼ਾਨ ਰਹਿੰਦਾ। ਬੀਬੀ ਭਾਨੀ ਜੀ ਦੇ ਮਨ ਚ ਖਲਾ ਆਉਣਾ ਸ਼ੁਰੂ ਹੋ ਗਿਆ। ਵੇਖੋ ਇੱਕ ਜ਼ਿਕਰ ਹੋ ਰਿਹਾ ਇੱਥੇ, ਬੀਬੀ ਭਾਨੀ ਜੀ ਦਾ ਕੋਈ ਅਹਿਸਾਨ ਨਹੀਂ ਚੁਕਾਇਆ ਜਾ ਸਕਦਾ। ਗੁਰੂ ਪੁੱਤਰੀ ਨੇ, ਗੁਰੂ ਪਤਨੀ ਨੇ, ਗੁਰੂ ਮਾਤਾ ਵੀ ਹੋਣਗੇ, ਇਹ ਸਾਰੇ ਰੁਤਬੇ ਉਹਨਾਂ ਕੋਲ। ਸਿਰਫ ਉਸ ਵਕਤ ਦੇ ਇੱਕ ਪ੍ਰਭਾਵ ਦਾ ਜ਼ਿਕਰ ਕਰ ਰਹੀ ਹੈ ਕਵੀ, ਕਹਿੰਦੇ ਐਸਾ ਮਨ ਤੇ ਪ੍ਰਭਾਵ ਗੱਲਾਂ ਸੁਣ ਸੁਣ ਕੇ ਪਿਆ ਵੀ ਮਨ ਹੁਣ ਥੋੜਾ ਜਿਹਾ ਉਚਾਟ ਰਹਿਣ ਲੱਗ ਗਿਆ। ਆਉਂਦੇ ਆਪਣੇ ਸਮੇਂ ਨਾਲ ਖੁਸ਼ ਨਹੀਂ ਰਹਿੰਦੇ, ਕਿਉਂਕਿ ਉਹ ਗੱਲਾਂ ਅੰਦਰ ਹੀ ਅੰਦਰ ਚੱਲੀ ਜਾਂਦੀਆਂ ਨੇ, ਤਾਨੇ ਵੱਜ ਰਹੇ ਹਰ ਪਾਸੇ। ਇੱਕ ਸਾਲ, ਦੋ ਸਾਲ, ਤਿੰਨ ਸਾਲ, ਪੰਜ ਸਾਲ ਹੋ ਗਏ, ਕਿੰਨੇ ਵਿਚਾਰ ਸਕਦਾ ਹੈ। ਕਹਿੰਦੇ ਉਹਨਾਂ ਗੱਲਾਂ ਦਾ ਪ੍ਰਭਾਵ ਹੌਲੀ ਹੌਲੀ ਮਨ ਤੇ ਬੋਝ ਬਣ ਗਿਆ। ਇੱਕ ਦਿਨ ਬੈਠੀ ਬਨ ਕੈ ਦੀਨ, ਬਿਨਤੀ ਸਹਿਤ ਬੋਲੀ ਬੋ ਕੀਨ। ਗੁਰੂ ਅਮਰਦਾਸ ਮਰਦ ਨੇ ਪੁੱਛਣਾ ਪੁੱਤ ਕੀ ਹੋਇਆ, ਉਦਾਸ ਕਿਉਂ, ਦੱਸਣਾ ਨਾ ਕੁਛ। ਜਿਹੜੇ ਸਿਆਣੇ ਧੀ ਪੁੱਤ ਹੁੰਦੇ ਆ ਉਹ ਕਦੇ ਵੀ ਆਪਣਾ ਦੁੱਖ ਆਪਣੇ ਮਾਪਿਆਂ ਕੋਲ ਨਹੀਂ ਹੁੰਦੇ, ਉਹਨਾਂ ਦੀ ਸਿਆਣ ਉਹਨਾਂ ਨੂੰ ਪਤਾ ਹੈ। ਅੱਜ ਮੈਨੂੰ ਮਾਇਆ ਦੀ ਪੈਸਿਆਂ ਦੀ ਤੰਗੀ, ਮੈਂ ਆਪਣੇ ਮਾਂ ਬਾਪ ਕੋਲ ਨਹੀਂ ਰੋਣਾ, ਜੇ ਅੱਜ ਰੋਇਆ ਉਹਨਾਂ ਕੋਲ ਮੈਨੂੰ ਪੈਸੇ ਚਾਹੀਦੇ ਉਹ ਰਾਤ ਨੂੰ ਸੌਣਗੇ, ਕਿੱਥੋਂ ਤੇ ਲਿਆ ਕੇ ਦੇਣੇ ਪੈਣੇ। ਆਪਣੇ ਸੁੱਖਾਂ ਲਈ, ਆਪਣੇ ਆਨੰਦ ਲਈ ਮਾਪਿਆਂ ਦੇ ਗਲ ਬੂਠੇ ਕਦੇ ਵੀ ਔਲਾਦਾਂ ਨਹੀਂ ਦਿੰਦੀਆਂ, ਉਹ ਆਪ ਦਿਨ ਮਾੜੇ ਕੱਟ ਲੈਣੇ। ਕਿਸੇ ਧੀ ਪੁੱਤ ਨੂੰ ਪੁੱਛੋ ਤੂੰ ਕੱਪੜੇ ਪੁਰਾਣੇ ਪਾਈ ਫਿਰਦਾ, ਕਹਿੰਦਾ ਨਹੀਂ ਮੇਰੇ ਪਿਤਾ ਦੀ ਤਨਖਾਹ ਬੜੀ ਥੋੜੀ ਹੈ, ਘਰ ਦਾ ਹੀ ਵਸਾ ਔਖਾ ਸਰਦਾ ਬਣਦਾ। ਅਸੀਂ ਜੇ ਕਿਸੇ ਦੀ ਚੰਗੀ ਵੀ ਆ ਉਹ ਕਹਿੰਦੇ ਨਹੀਂ ਜਿੱਦਣ ਕਮਾਵਾਂਗੇ ਉਦਣ ਖਰਚੇ ਆਪ ਨਹੀਂ ਕਰਨਾ, ਖਰਚੇ ਫਿਰ ਵੀ ਨਹੀਂ ਕਰਦੇ ਉਹ, ਜਦੋਂ ਕਮਾਉਣ ਲੱਗ ਜਾਂਦੇ ਕਹਿੰਦੇ ਹੁਣ ਖਰਚੇ ਨਹੀਂ ਕਰਦਾ, ਕਹਿੰਦਾ ਨਹੀਂ ਹੁਣ ਮੇਰਾ ਚਾਅ ਮੈਂ ਮਾਪਿਆਂ ਦੇ ਸ਼ੌਕ ਪੂਰਾ ਵਾਂ, ਮੇਰਾ ਜੀ ਕਰਦਾ ਮਾਪਿਆਂ ਨੂੰ ਜਹਾਜ਼ ਚੜਾਵਾਂ।
ਇਹਨਾਂ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਵਾਂ, ਇਹਨਾਂ ਨੂੰ ਫਲਾਣੀ ਥਾਂ ਤੇ ਲੈ ਕੇ ਜਾਵਾਂ। ਵੇਖੋ ਚੰਗੇ ਇਨਸਾਨ ਦੇ ਖਿਆਲ ਹਮੇਸ਼ਾ ਇਹਦਾ ਰਹਿਣਗੇ, ਤੇ ਜਿਹਦੀ ਬਿਰਤੀ ਬੁਰੀ ਹੈ ਉਹਨੂੰ ਤੇ ਲੱਗਦਾ ਵੀ ਮਾਂ ਕੋਲੋਂ ਪੈਸੇ ਕਦੋਂ ਲੈ ਲਾ, ਪਿਓ ਕੋਲੋਂ ਕਦੋਂ ਲੈ ਲਾ, ਰਿਸ਼ਤੇਦਾਰੀਆਂ ਤੇ ਕਦੋਂ ਬਣਾ ਲਾ, ਸਾਡਾ ਤੇ ਯਾਰ ਹੀ ਪੈਸਾ ਸਾਡਾ ਕੋਲ। ਬੜੀ ਵਾਰ ਮਰਦ ਨੇ ਬੀਬੀ ਭਾਨੀ ਜੀ ਨੂੰ ਪੁੱਛਿਆ, ਧੀਏ ਕੋਈ ਦੁੱਖ ਤਕਲੀਫ? ਹੱਸ ਕੇ ਕਹਿ ਦੇਣਾ ਨਹੀਂ ਬਾਦਸ਼ਾਹ ਕੁਛ ਨੀ। ਇੱਕ ਦਿਨ ਸਹਿਜ ਸੁਭਾਅ ਮਰਦ ਨੇ ਕੋਲ ਬਿਠਾ ਕੇ ਪੁੱਛਿਆ, ਹੈਗੇ ਅੰਦਰ ਜਾਂਦੀ ਨੇ ਮਰਦ? ਤਾਂ ਹੀ ਪੁੱਛਦੇ ਆ। ਕਹਿੰਦੇ ਪੁੱਤ ਦਿਲ ਦਾ ਰੰਗ ਦੱਸ। ਕਹਿੰਦੇ ਇੰਨੇ ਵਚਨ ਮਰਦ ਦੇ ਸੁਣੇ, ਅੱਖਾਂ ਚੋਂ ਦਰਦ ਦੇ ਅੱਥਰੂ ਵਗ ਗਏ, ਰੋ ਪਏ। ਮਰਦ ਕਹਿੰਦੇ ਕੀ ਹੋਇਆ? ਕਹਿੰਦੇ ਸਤਿਗੁਰੂ ਸ਼ਰੀਕਾਂ ਦੇ ਹੁਣ ਤਾਨੇ ਨਹੀਂ ਚੱਲੇ ਜਾਂਦੇ ਆ ਸਤਨਾਮ, ਇਸੇ ਕਰਕੇ ਕਹਿੰਦੇ ਨੇ ਵੀ ਜਿਹੜਾ ਸ਼ਰੀਕ ਹੈ ਹੁਣ ਹੋਈ ਗੱਲ ਕਰਦਾ, ਬੰਦਾ ਦੁਨੀਆਂ ਦੇ ਤਾਨੇ ਜਰ ਸਕਦਾ, ਸ਼ਰੀਕਾਂ ਦੇ ਤਾਨੇ ਮਾਰ ਦਿੰਦੇ ਨੇ, ਮਾਰ ਦਿੰਦੇ ਨੇ ਮਨੁੱਖ ਨੂੰ, ਕਿੰਨਾ ਵੀ ਚੰਗਾ ਹੋਵੇ ਰਗੜ ਕੇ ਰੱਖ ਦਿੰਦੇ, ਉੱਠਣ ਜੋਗਾ ਨਹੀਂ ਛੱਡਦੇ। ਵੇਖੋ ਬੀਬੀ ਭਾਨੀ ਜੀ ਗੁਰੂ ਪੁੱਤਰੀ ਤੇ ਗੁਰੂ ਰਾਮਦਾਸ ਮਰਦ ਦੇ ਧਰਮ ਪਤਨੀ ਨੇ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮਨ ਨੂੰ ਠੇਸ ਵੱਜੀ, ਤੇ ਸੋਚੋ ਅਸੀਂ ਕੀ ਚੀਜ਼ਾਂ, ਅਸੀਂ ਤੇ ਆਪ ਹੀ ਬੜੇ ਫਿਰਦੇ ਹਾਂ ਲੋਕਾਂ ਚ ਵੀ ਆਹ ਬੈਲ ਮੋਜੇ ਮਾਰ, ਸਾਨੂੰ ਸਾਰਾ ਪਤਾ ਵੀ ਇਹ ਲੋਕ ਸਾਡੇ ਲਾਇਕ ਨਹੀਂ, ਇਹ ਸਾਨੂੰ ਚੰਗਾ ਨਹੀਂ ਸਮਝਦੇ, ਅਸੀਂ ਫੇਰ ਵੀ ਭੱਜ ਭੱਜ ਉਹਨਾਂ ਦੇ ਅੱਗੇ ਪਿੱਛੇ ਫਿਰਨਾ, ਤੇ ਜੇ ਕੱਲ ਕੁਝ ਹੋ ਜਾਂਦਾ ਫਿਰ ਕਹਿੰਦੇ ਮੇਰੇ ਤੇ ਕਰਮ ਮਾੜੇ, ਮੇਰਾ ਤੇ ਰੱਬ ਦੁਸ਼ਮਣ ਬਣਿਆ। ਰੱਬ ਨਹੀਂ ਬੰਦਿਆ, ਤੂੰ ਆਪਣੇ ਆਪ ਦਾ ਦੁਸ਼ਮਣ ਬਣਿਆ, ਤੈਨੂੰ ਤੇ ਰੱਬ ਨੇ ਅਕਲ ਦਿੱਤੀ ਹੋਈ ਚੰਗਾ ਮਾੜਾ ਪਰਖਣ ਦੀ, ਵਾਹਿਗੁਰੂ ਨੇ ਤੈਨੂੰ ਗਿਆਨ ਦਿੱਤਾ ਹੋਇਆ, ਇਹਨਾਂ ਵੀ ਤੈਨੂੰ ਪਤਾ ਵੀ ਗਰਮ ਕੀ ਹੈ, ਠੰਡਾ ਕੀ ਹੈ, ਜ਼ਹਿਰ ਕੀ ਹੈ, ਅੰਮ੍ਰਿਤ ਕੀ ਹੈ, ਤੇ ਤੈਨੂੰ ਫਿਰ ਦੁਸ਼ਮਣ ਤੇ ਮਿੱਤਰ ਦਾ ਕਿਉਂ ਪਤਾ ਹੈ ਸਭ ਕੁਛ, ਬਸ ਰੱਬਣ ਨੂੰ ਕੋਸਣ ਦੀ ਉਡੀਕ ਕਰਦੇ ਕਰਦੇ ਸੀ ਸਾਰੇ। ਰੋ ਕੇ ਆਖਣ ਲੱਗੇ, ਪਿਤਾ ਜੀ ਸ਼ਰੀਕਾਂ ਦੀਆਂ ਨੂੰਹਾਂ ਧੀਆਂ ਇਹੋ ਜਿਹੀਆਂ ਬੋਲੀਆਂ ਮਾਰਦੀਆਂ ਨੇ, ਮੈਥੋਂ ਨਹੀਂ ਜਰੀਆਂ ਜਾਂਦੀਆਂ, ਬੋਲੀਆਂ ਕੀ ਸੀ? ਕਹਿੰਦੇ ਕਾਹਦਾ ਤੇਰਾ ਪਤੀ ਗੁਰੂ ਘਰ ਦਾ ਜਵਾਈ ਹੈ, ਭਾਂਡੇ ਮਾਂਜਦਾ ਰਹਿੰਦਾ, ਸਤਨਾਮ ਹੈ ਤੇ ਸੇਵਾ, ਪਰ ਸ਼ਰੀਕ ਥੋੜੀ ਸੇਵਾ ਸਮਝਦੇ ਆ, ਭਾਂਡੇ ਮਾਂਜਣਾ ਦੱਸਦੇ ਨੇ। ਪਿਤ ਜੀ ਵੱਡੇ ਸ਼ਰੀਕ ਹਮਾਰੇ, ਅਧਿਕ ਧਨੀ ਗਨ ਹਿਰਦੇ ਅਹੰਕਾਰੇ। ਸਤਿਗੁਰੂ ਜੀ ਸਾਡੇ ਸ਼ਰੀਕਾਂ ਕੋਲ ਮਾਇਆ ਬੜੀ ਹੈ, ਧਨ ਬੜਾ, ਤੇ ਉਹ ਸਾਨੂੰ ਹਮੇਸ਼ਾ ਮੰਦੜੀਆਂ ਗੱਲਾਂ ਕਹਿੰਦੇ ਆ। ਹੁਣ ਵੇਖੋ ਤੁਹਾਡਾ ਬੱਚਾ ਵਿਦੇਸ਼ ਜਾ ਕੇ ਮਿਹਨਤ ਕਰਦਾ, ਕੋਈ ਭਾਂਡੇ ਮਾਂਜ ਕੰਮ ਤੇ ਹੀ ਨੇ ਅੱਜ ਕੱਲ, ਇੱਥੋਂ ਕਿਹੜਾ ਕੋਈ ਵਕੀਲ ਬਣ ਕੇ ਗਿਆ, ਪਲੱਸ ਟੂ ਕਰਕੇ ਜਾਣ ਵਾਲੇ ਆ, ਭਾਂਡੇ ਮਾਂਜਣੇ ਆ, ਕਿਸੇ ਵੇਅਰ ਹਾਊਸ ਤੇ ਕੰਮ ਕਰ ਲੈਣਾ, ਕੋਈ ਪੈਟਰੋਲ ਪੰਪ ਤੇ ਲੱਗਾ, ਕੋਈ ਜਿਮ ਚ ਲੱਗਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਛੋਟੇ ਮੋਟੇ ਕੰਮ ਨੇ, ਚਲੋ ਕੰਮ ਤੇ ਕੋਈ ਵੀ ਮਾੜਾ ਨਹੀਂ ਹੁੰਦਾ। ਹੁਣ ਕੋਈ ਕੁਛ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਕੀ ਕਰਦੇ ਹੋ, ਮਿਹਨਤ ਕਰਦੇ, ਸਟਰਗਲ ਕਰਦੇ, ਤੇ ਤੁਹਾਡੇ ਸ਼ਰੀਕ ਕਹਿੰਦੇ ਆ, ਕਹਿੰਦੇ ਇੱਥੇ ਵੱਡੀਆਂ ਵੱਡੀਆਂ ਫੜਾਂ ਮਾਰਦੇ, ਉੱਥੇ ਭਾਂਡੇ ਮਾਂਜਦੇ ਫਿਰਦੇ ਆ, ਸਤਿਨਾਮ। ਇਹਨਾਂ ਨੂੰ ਕੌਣ ਪੁੱਛਦਾ, ਉਹ ਤਾਂ ਝਾੜੂ ਮਾਰਦੇ ਫਿਰਦੇ ਨੇ। ਤੇ ਫਿਰ ਜਦੋਂ ਬੰਦਾ ਇਹ ਗੱਲਾਂ ਸੁਣਦਾ ਜੀਰੋ ਹੋ ਜਾਂਦਾ, ਵੀ ਅਸੀਂ ਤੇ ਲੋਕਾਂ ਨੂੰ ਕਿਹਾ ਸੀ ਸਾਡੇ ਕੋਲ ਪੈਸਾ ਬੜਾ, ਸਾਡੇ ਕੋਲ ਪ੍ਰੋਪਰਟੀ ਬੜੀ, ਸਾਡੇ ਕੋਲ ਬੜਾ ਕੁਝ ਹੈ, ਕਹਿੰਦੇ ਜਾਣ ਦਿਆ ਤੈਨੂੰ ਪੈਸੇ ਵਾਲੇ ਨੂੰ, ਤੂੰ ਤੇ ਲੋਕਾਂ ਦੀ ਝੂਠ ਚੁੱਕਦਾ ਫਿਰਦਾ। ਇਹ ਚੀਜ਼ਾਂ ਅੰਦਰੋਂ ਖਾ ਜਾਂਦੀਆਂ। ਰੋ ਪਏ ਮਰਦ ਦੇ ਕੋਲ ਸੱਚੇ ਪਾਤਸ਼ਾਹ, ਮਨ ਉਦਾਸ ਹੈ, ਸਿਮਰਨ ਵਿੱਚ ਮਨ ਨਹੀਂ ਲੱਗਦਾ, ਭਗਤੀ ਚ ਮਨ ਨਹੀਂ ਲੱਗਦਾ, ਕਿਉਂਕਿ ਉਹਨਾਂ ਕੋਲ ਮਾਇਆ ਬੜੀ, ਉਹਨਾਂ ਕੋਲ ਹੰਕਾਰ ਬੜਾ, ਤੇ ਹੰਕਾਰੀ ਬੰਦੇ ਦਾ ਹੰਕਾਰ ਨਿਮਰਤਾ ਵਾਲੇ ਤੋਂ ਝੱਲਿਆ ਨਹੀਂ ਜਾਂਦਾ, ਕਿਉਂਕਿ ਉਹਦੇ ਬੋਲ ਬੜੇ ਫੋਦਰੇ ਨੇ ਹੰਕਾਰੀ ਦੇ। ਤੇ ਬੀਬੀ ਭਾਨੀ ਜੀ ਦਾ ਤੇ ਹਿਰਦਾ ਹੀ ਬੜਾ ਮਾਸੂਮ ਹੈ, ਕਦ ਤੱਕ ਸਹਾਰ ਦੇ 5 ਸਾਲਾਂ ਤੱਕ ਸੁਣਦੇ ਰਹੇ, ਪਰ ਹੁਣ ਇਮਤਹਾਂ ਹੋ ਗਈ,
ਬਸ ਪਾਣੀ ਸਿਰੋਂ ਟੱਪ ਗਏ। ਪਿਤਾ ਗੁਰੂ ਦੇ ਚਰਨਾਂ ਵਿੱਚ ਭੁੱਬਾ ਮਾਰ ਕੇ ਰੋ ਪਏ। ਸਰਬ ਸ਼ਰੀਕਨ ਉੱਚਾ ਬੋਲੇ, ਬਸਤਰਨ ਪਹਿਰੇ ਲੈ ਬੋ ਮੋਲੇ। ਸਤਿਗੁਰ ਕਹਿੰਦੇ ਭਾਈ ਕੀ ਕਹਿੰਦੇ ਆ ਸ਼ਰੀਕ? ਕਹਿੰਦੇ ਮਰਦ ਉੱਚੇ ਬੋਲ ਬੋਲਦੇ। ਉੱਚਾ ਸਮਝ ਰਹੇ ਹੋ ਜੀ? ਗੁਰੂ ਘਰ ਬੈਠੇ ਆਪਾਂ ਕਹਿ ਨਹੀਂ ਸਕਦੇ ਕੋਈ ਸ਼ਬਦ। ਆਮ ਆਪਾਂ ਕਹਾਵਤਾਂ ਪੜ੍ਹਦੇ ਹਾਂ, ਉੱਚੇ ਬੋਲਣਾ ਬੋਲੀਏ ਕਰਤਾ ਰੋਟਣਗੇ। ਉੱਚੇ ਬੋਲ ਦਾ ਭਾਵ ਹੁੰਦਾ ਕਿਸੇ ਨੂੰ ਨੀਚਾ ਦਿਖਾਉਣਾ, ਕਿਸੇ ਨੂੰ ਇੰਨਾ ਕੁ ਬੁਰਾ ਸਾਬਤ ਕਰ ਦੇਣਾ ਵੀ ਅਗਲਾ ਝੁਰ ਝੁਰ ਕੇ ਝੁਰ ਝੁਰ ਕੇ ਅੰਦਰੋਂ ਅੰਦਰ ਹੀ ਮਰ ਜੇ। ਐਡੇ ਮਾੜੇ ਸ਼ਬਦ ਕਹਿੰਦੇ। ਕਹਿੰਦੇ ਮਹਾਰਾਜ ਉੱਚੇ ਬੋਲ ਬੋਲਦੇ ਸ਼ਰੀਕ। ਮਹਾਰਾਜ ਕਹਿੰਦੇ ਕੀ ਕਹਿੰਦੇ? ਮਹਾਰਾਜ ਉਹ ਆਖਦੇ ਆ ਵੀ ਵੇਖੋ ਸਾਡੇ ਕਿੰਨੇ ਮਹਿੰਗੇ ਕੱਪੜੇ, ਇਹਨਾਂ ਨੂੰ ਤੇ ਕੱਪੜੇ ਨਹੀਂ ਜੁੜਦੇ। ਕਿਹਨਾਂ ਨੂੰ? ਬੀਬੀ ਭਾਨੀ ਜੀ ਆ ਜਿਹੜੇ ਸਾਦਗੀ ਚ ਰਹਿੰਦੇ ਆ, ਨਿਮਰਤਾ ਚ ਰਹਿੰਦੇ ਆ। ਤੁਸੀਂ ਇਹ ਸੋਚੋ ਗੁਰੂ ਘਰ ਚ ਕਮੀ ਆ ਕੋਈ? ਅਕਬਰ ਬਾਦਸ਼ਾਹ ਜਿੱਥੇ 84 ਪਿੰਡ ਦੇ ਜੋ ਗਰੀਬ ਨੇ, ਉਹ ਜਿਹਨਾਂ ਨੂੰ ਹੀਰੇ ਮੋਤੀ ਦੁਨੀਆਂ ਭੇਟਾ ਕਰਦੀ ਹੋਵੇ, ਉਹ ਤੇ ਰਾਜਿਆਂ ਦੇ ਰਾਜੇ ਨੇ। ਪਰ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕਦੇ ਵੀ ਆਪਣੇ ਧੀਆਂ ਪੋਤਾਂ ਨੂੰ ਗੁਰੂ ਨਾਨਕ ਦੇ ਘਰ ਦੀ ਮਾਇਆ ਨਹੀਂ ਦਿੱਤੀ। ਕਿਉਂ? ਕਿਉਂਕਿ ਚੰਗੇ ਮਾਂ ਬਾਪ ਕਦੇ ਧੀ ਪੁੱਤ ਨੂੰ ਜ਼ਹਿਰ ਨਹੀਂ ਦੇ ਸਕਦੇ। ਆਖੋ ਸਤਨਾਮ। ਕਹਿੰਦੇ ਨਾ, ਸੰਗਤ ਦੀ ਮਾਇਆ ਜ਼ਹਿਰ ਹੈ, ਇਹਨੇ ਗੱਲ ਨਹੀਂ। ਬੀਬੀ ਭਾਨੀ ਜੀ ਕਹਿੰਦੇ ਮਹਾਰਾਜ ਉਹ ਸੋਨਾ ਪਾ ਪਾ ਕੇ ਵਿਖਾਉਂਦੀਆਂ ਨੇ। ਮਰਦ ਨੇ ਬਾਣੀ ਚ ਲਿਖਿਆ ਦੁਨੀਆਂ ਦੀ ਹਰ ਔਰਤ ਦੀ ਇੱਕ ਕਮਜ਼ੋਰੀ ਹੈ, ਸੋਨਾ ਚਾਂਦੀ ਹੀਰੇ ਮੋਤੀ। ਪਰ ਬੰਦਗੀ ਜੇ ਕੋਈ ਔਰਤ ਕਰਦੀ ਹੋਵੇ, ਇਹ ਦਸ਼ਾ ਉਹਦੇ ਤੇ ਲਾਗੂ ਨਹੀਂ ਹੁੰਦੀ, ਉਹ ਤੇ ਫਿਰ ਗੱਲ ਹੀ ਵੱਖਰੀ ਹੈ। ਬਾਣੀ ਲਿਖਦੀ ਹੈ ਕੰਚਨ ਨਾਰੀ ਲੈ ਜੀਉ ਲਿਵਤ ਹੈ, ਮੋਹ ਮਿੱਠਾ ਲਾਇਆ। ਕਹਿੰਦੇ ਜਿਵੇਂ ਇੱਕ ਬੱਚੇ ਨੂੰ ਮਿੱਠਾ ਪਸੰਦ ਆ ਨਾ, ਔਰਤ ਨੂੰ ਸੋਨਾ ਤੇ ਸੋਹਣੇ ਕੱਪੜੇ ਪਸੰਦ ਨੇ। ਆਖੋ ਸਤਨਾਮ। ਉਹਨੂੰ ਕੁਛ ਨਹੀਂ ਚਾਹੀਦਾ, ਉਹਨੂੰ ਕੋਈ ਮਤਲਬ ਨਹੀਂ ਕਿਸੇ ਦੇ ਵਿਆਹ ਨਾਲ, ਕਿਹੜਾ ਇੱਕ ਵਾਰ ਵਿਆਹਿਆ ਜਾਂ ਦੋ ਵਾਰ ਵਿਆਹਿਆ, ਉਹਨੇ ਤੇ ਬਸ ਆਪਣਾ ਜਾ ਕੇ ਉੱਥੇ ਵਿਖਾਉਣਾ ਵੀ ਮੈਂ ਕੀ ਪਾਇਆ ਹੋਇਆ। ਸੱਚ ਹੈ ਕਿ ਝੂਠ ਹੈ? ਵੇਖ ਲਿਓ ਕਦੇ ਦਸੰਬਰ ਦਾ ਮਹੀਨਾ ਹੋਊ, ਅੰਤਾਂ ਦੀ ਠੰਡ ਪੈਂਦੀ ਹੋਊਗੀ, ਵੀਰ ਵਿਚਾਰੇ ਕੋਟ ਪਾਈ ਕੋਟੀਆਂ ਪਾ ਕੇ ਕੱਛਾ ਝੱਟਦਾ ਹੀ ਬੈਠੇ ਹੁੰਦੇ ਆ, ਤੇ ਇਹਨਾਂ ਭੂਤਨੀਆਂ ਦੇ ਵਾਲ ਖਿਲਾਰੇ ਹੁੰਦੇ ਤੇ ਇਹਨਾਂ ਦੇ ਅੱਧੇ ਅੱਧੇ ਮੋਢੇ ਪਾਏ ਹੁੰਦੇ। ਪੁੱਛੋ ਠੰਡ ਨਹੀਂ ਲੱਗਦੀ? ਲੱਗਣੀ ਕਿਉਂ ਆ? ਉਹ ਜਿਹਨੇ ਇੱਕ ਦੂਜੇ ਨੂੰ ਵੇਖ ਵੇਖ ਸਕੀ ਜਾਣਾ, ਉਹਨੂੰ ਠੰਡ ਕਿੱਥੋਂ ਲੱਗੇ? ਦੁਨੀਆਂ ਤੇ ਕੋਈ ਠੰਡ ਬਣੀ ਹੈ ਜਿਹੜੀ ਇਹਨਾਂ ਨੂੰ ਲੱਗ ਜਾਵੇ? ਨਾ ਜਨਵਰੀ ਵਾਲੀ ਲੱਗੇ, ਨਾ ਫਰਵਰੀ ਵਾਲੀ ਲੱਗੇ, ਕੋਈ ਵੀ ਨਹੀਂ ਹੈ। ਕਿਉਂਕਿ ਸਾੜਾ ਹੀ ਔਰਤ ਨੂੰ ਔਰਤ ਤੋਂ ਇੰਨਾ ਹੈ। ਦੂਜੇ ਦਾ ਵੇਖ ਵਧੀਆ ਲਿਬਾਸ ਬਰਦਾਸ਼ਤ ਨਹੀਂ ਹੁੰਦਾ, ਦੂਜੇ ਦੇ ਗਹਿਣੇ ਬਰਦਾਸ਼ਤ ਨਹੀਂ ਹੁੰਦੇ। ਮੈਂ ਇੱਕ ਵੀ ਗੱਲ ਬਾਣੀ ਤੋਂ ਬਾਹਰ ਨਹੀਂ ਕਰਦਾ, ਸਤਿਗੁਰਾਂ ਨੇ ਲਿਖਿਆ ਹੋਇਆ। ਰੂਪ ਦੇਖ ਦੇਖ ਨਾਰੀ, ਮਰਦ ਕਹਿੰਦੇ ਅੱਧੀ ਉਮਰ ਤੇ ਔਰਤ ਦੀ ਸ਼ੀਸ਼ਾ ਵੇਖਦਿਆਂ ਲੰਘ ਜਾਂਦੀ ਹੈ। ਇਹਨੂੰ ਭੁਲੇਖਾ ਹੀ ਰਹਿੰਦਾ ਮੈਂ ਸੋਹਣੀ ਬੜੀ ਆ, ਇਸੇ ਭੁਲੇਖੇ ਦੀ ਭਰਮ ਚ ਰਹਿੰਦੀ ਹੈ। ਪਰ ਧੰਨ ਸੀ ਬੀਬੀ ਭਾਨੀ ਦੀ ਜਿਹੜੇ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਲਈ ਉੱਚੇ ਸੀ। ਅੱਜ ਉਹਨਾਂ ਦਾ ਜੀ ਨਹੀਂ ਕਰਦਾ ਸੋਨਾ ਪਾਉਣ ਨੂੰ, ਦਿਲ ਨਹੀਂ ਕਰਦਾ ਕੱਪੜੇ ਪਾਉਣ ਨੂੰ, ਦੁੱਖ ਇਸ ਗੱਲ ਦਾ ਲੱਗਿਆ ਗੁਰੂ ਘਰ ਨੂੰ ਤਾਨਾ ਮਾਰਿਆ। ਸਤਨਾਮ। ਇਹਨਾਂ ਕੋਲ ਕੀ ਹੈ? ਦੇਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਜਿਹੜਾ ਮਿਹਣਾ ਹੁੰਦਾ ਨਾ, ਉਹ ਕਈ ਵਾਰ ਨਾ ਬੰਦੇ ਨੂੰ ਨਰਕ ਵੀ ਲੈ ਜਾਂਦਾ, ਸ਼ਰੀਕਾਂ ਦਾ ਮਿਹਣਾ। ਕੀ ਬੀਬੀ ਭਾਨੀ ਕੀ ਸੋਨਾ ਪਾਉਣਾ ਚਾਹੁੰਦੇ ਆ? ਸੋਹਣੇ ਵਸਤਰ ਪਾਉਣੇ ਚਾਹੁੰਦੇ ਆ? ਰੋਕਦਾ ਕੌਣ ਸੀ ਉਹਨਾਂ ਨੂੰ? ਕੋਈ ਨਹੀਂ। ਉਹ ਤੁਹਾਡਾ ਅੰਦਰ ਦੱਸਦਾ ਤੁਹਾਡੇ ਪਹਿਰਾਵੇ ਬਾਰੇ ਵੀ ਤੁਸੀਂ ਕੀ ਹੋ।
ਮਨੁੱਖ ਦੇ ਕੱਪੜੇ ਵੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਹੈ ਵੀ ਇਹ ਬੰਦਾ ਕਿੰਨੀ ਕੁ ਭਗਤੀ ਕਰਦਾ ਹੋਣਾ ਯਾਰ, ਕਿੰਨਾ ਕੁ ਨਾਮ ਜਪਦਾ ਹੋਣਾ, ਇਹਦੀ ਅਵਸਥਾ ਕੀ, ਇਹਦੇ ਕੋਲ ਟਕਾ ਕਿਵੇਂ, ਤੁਹਾਡੇ ਕੱਪੜੇ ਦੱਸਦੇ ਆ, ਤੁਹਾਡਾ ਉੱਠਣਾ ਬੈਠਣਾ ਦੱਸਦਾ, ਤੁਹਾਡੀ ਬੋਲੀ ਦੱਸਦੀ ਹੈ, ਤੁਹਾਡਾ ਖਾਣਾ ਪੀਣਾ ਦੱਸਦਾ ਵੀ ਤੁਹਾਡੇ ਅੰਦਰ ਸ਼ਾਂਤੀ ਹੈ ਕਿ ਨਹੀਂ ਹੈ। ਕਿਉਂਕਿ ਜੋ ਸਾਡਾ ਮਨ ਕਹਿੰਦਾ ਅਸੀਂ ਉਹੀ ਪਾ ਰਹੇ ਹਾਂ, ਉਹ ਵਿਖਾ ਰਹੇ ਹਾਂ, ਉਹੀ ਬੋਲ ਰਹੇ ਹਾਂ, ਤੇ ਫਿਰ ਅਸੀਂ ਕਿਵੇਂ ਕਹਿੰਦੇ ਸਾਡੀ ਭਗਤੀ ਬਹੁਤ ਹੈ ਜੀ, ਅਸੀਂ ਤੇ ਜੁੜੇ ਬਹੁਤ ਹੋਏ ਰੱਬ ਨਾਲ। ਬੀਬੀ ਭਾਨੀ ਜੀ ਦਾ ਪਹਿਰਾਵਾ ਦੱਸਦਾ ਸੀ ਇਹ ਗੁਰੂ ਸਾਹਿਬ ਨੂੰ ਪਰਮੇਸ਼ਰ ਮੰਨਦੇ ਨੇ, ਦਿਨ ਰਾਤ ਸੇਵਾ ਚ ਰਹਿੰਦੇ ਆ, ਤੇ ਸਤਿਗੁਰਾਂ ਜੀ ਆਪਣਾ ਹਿਰਦੇ ਦਾ ਦੁੱਖ ਦੱਸਿਆ ਮਹਾਰਾਜ, ਗੁਰੂ ਘਰ ਨੂੰ ਤਾਨੇ ਮਾਰਦੇ ਆ, ਆਖਦੇ ਆ ਤੇਰਾ ਪਤੀ ਜਵਾਈ ਕਾਹਦਾ, ਉਹ ਤੇ ਮਿੱਟੀ ਢੂੰਡਾ ਰਹਿੰਦਾ, ਸਤਨਾਮ ਮਰਜਾ ਨਹੀਂ ਕਰਿਆ। ਉਹਨਾਂ ਨੂੰ ਸੇਵਾ ਦਾ ਨਹੀਂ ਪਤਾ, ਪਤਾ ਵੀ ਹੈ ਉਹ ਹੰਕਾਰੀ ਹੋਏ ਨੇ। ਕੰਚਨ ਕੇ ਭੂਖਨ ਬਹੁ ਪਾਵੈ, ਹਮਕੋ ਤਰਕੈ ਉਰਗਰ ਬਾਵੈ। ਸਤਿਗੁਰੂ ਜੀ ਉਹ ਸੋਨੇ ਦੇ ਗਹਿਣੇ ਪਾ ਕੇ ਸੰਗਤਾਂ ਦੇ ਸਾਹਮਣੇ ਮਾੜੇ ਬੋਲ ਬੋਲਦੇ ਆ, ਕਹਿੰਦੇ ਇਹਨਾਂ ਨੂੰ ਤੇ ਲੋਹਾ ਨਹੀਂ ਜੁੜਦਾ, ਕਹਿ ਕੇ ਇਹਨਾਂ ਨੂੰ ਰਹੇ ਆ। ਅੱਜ ਵੀ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਈਏ ਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿਰ ਤੋਂ ਪੈਰਾਂ ਤੱਕ ਸੋਨੇ ਨਾ ਬੜਿਆ, ਸਤਨਾਮ ਹੈ ਕੋਈ ਦੁਨੀਆਂ ਦਾ ਰਾਜਾ ਮਹਾਰਾਜਾ ਜਿਹਦਾ ਮਹਿਲ ਸੋਨੇ ਦਾ ਹੋਵੇ, ਉਹ ਵੀ ਉਹਨਾਂ ਸਮਿਆਂ ਵਿੱਚ। ਤੇ ਸ਼ਰੀਕਾਂ ਦੀ ਬੋਲੀ ਵੇਖੋ ਕਿੱਥੇ ਜਾ ਰਹੀ ਹੈ। ਜਿਸ ਗੁਰੂ ਰਾਮਦਾਸ ਮਹਾਰਾਜ ਵਰਗਾ ਨਾ ਕੋਈ ਜੱਗ ਤੇ ਹੋਇਆ ਤੇ ਨਾ ਕਦੇ ਹੋਣਾ, ਉਹਨਾਂ ਦੇ ਪਰਿਵਾਰ ਨੂੰ ਵੀ ਸ਼ਰੀਕਾਂ ਨੇ ਤਾਨੇ ਮਾਰੇ। ਕੋਈ ਇੱਥੇ ਸ਼ਰੀਕਾਂ ਦੀ ਗੱਲ ਛੱਡੋ, ਆਪਣੇ ਸੋਢੀਆਂ ਨੇ ਵੀ ਕਹਿਤਾ ਸੀ, ਕਹਿੰਦੇ ਤੇ ਬਚਪਨ ਦੇ ਵਿੱਚ ਇਹਦੇ ਮਾਂ ਬਾਪ ਨਹੀਂ ਸੀ ਤੇ ਰੋਟੀਆਂ ਖਾ ਕੇ ਬੜੇ, ਕਿੰਨਾ ਕੁਝ ਜਰਿਆ ਜੀ, ਪਰ ਮਾੜਾ ਨਹੀਂ ਕਿਸੇ ਨੂੰ ਗਿਆ। ਕੀ ਕੀਤਾ ਗੁਰੂ ਰਾਮਦਾਸ ਜੀ ਨੇ, ਜਿਨ੍ਹਾਂ ਨੇ ਮਾੜੇ ਸ਼ਬਦ ਬੋਲੇ ਕਦੇ ਉਹਨਾਂ ਦੇ ਵੱਲ ਮੁੜ ਕੇ ਨਹੀਂ ਗਏ। ਆਖੋ ਸਤਨਾਮ ਆਏ ਸੀ ਲੈਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਨੂੰ, ਜਦੋਂ ਵੇਖਿਆ ਚੰਗਾ ਸਮਾਂ ਆ ਗਿਆ, ਸਤਿਗੁਰਾਂ ਨੇ ਇਹਨਾਂ ਦਾ ਵਿਆਹ ਕਰਤਾ, ਕਹਿੰਦੇ ਮਰ ਜਾਏ ਤੇ ਸਾਡਾ ਜੀ ਲੈ ਕੇ ਚੱਲਣਾ ਸੀ, ਪਤਾ ਸੀ ਇਹਦੇ ਕੋਲ ਮਾਇਆ ਵੀ ਹੈ, ਸਭ ਕੁਛ ਆ ਜਾਣਾ। ਤੇ ਰਾਮਦਾਸ ਜੀ ਨੇ ਕੀ ਕਿਹਾ, ਕਹਿੰਦੇ ਮਹਾਰਾਜ ਇਹ ਹੋਛੇ ਹੰਕਾਰੇ ਨੇ, ਮੈਂ ਇਹਨਾਂ ਦਾ ਨੀ, ਇਹ ਮੇਰੇ ਨੀ, ਨਾ ਮੈਂ ਇਹਨਾਂ ਨਾਲ ਕਦੇ ਵਰਤਿਆ। ਕਲਪ ਕੇ ਗਏ ਸੋਢੀ, ਤੁਸੀਂ ਸੁਣੀ ਪਿੱਛੇ ਸਾਰੀ ਕਥਾ, ਕਹਿੰਦੇ ਹੰਕਾਰ ਗਿਆ ਗੁਰੂ ਘਰ ਚ ਰਹਿ ਕੇ, ਸੋਢੀਆਂ ਦੀ ਕੁੱਲ ਨੂੰ ਲਾਜ ਲਾਤੀ, ਸੋਢੀ ਤੇ ਆਹ ਹੁੰਦੇ ਵਾਹ ਹੁੰਦੇ ਆ, ਇਹ ਕਿੱਥੇ ਪਾਣੀ ਢੋਲਾ ਦਿੰਦਾ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਮੁਤਾਬਕ ਨਹੀਂ ਚੱਲੋਗੇ ਤੁਹਾਨੂੰ ਮਾੜਾ ਲੱਗੇਗਾ, ਮਾੜੇ ਸ਼ਬਦ ਬੋਲੇਗਾ। ਪਹਿਲਾਂ ਤੇ ਭਾਈ ਜੇਠਾ ਜੀ ਨੇ ਬੜਾ ਕੁਝ ਸੁਣਿਆ ਆਪਣੇ ਪਿੰਡ ਤੋਂ, ਆਪਣੇ ਤਾਏ ਚਾਚੇ ਸ਼ਰੀਕਿਆਂ ਤੋਂ, ਤੇ ਅੱਜ ਬੀਬੀ ਭਾਨੀ ਜੀ ਨੂੰ ਉਹਨਾਂ ਦੇ ਪਰਿਵਾਰ ਦੇ ਲੋਕ ਹੀ ਕਹਿੰਦੇ ਆ। ਵੇਖੋ ਮੈਂ ਬੜੀ ਵਾਰ ਬੇਨਤੀ ਕਰਦਾ, ਤੁਹਾਡੇ ਲੱਖ ਦੁਸ਼ਮਣ ਹੁਣ ਕੋਈ ਡਰ ਨਹੀਂ, ਡਰ ਕਾਹਦਾ, ਡਰੋ ਆਪਣਿਆਂ ਤੋਂ। ਆਖੋ ਸਤਨਾਮ, ਜਿਹੜੇ ਤੁਹਾਡੇ ਆਪਣੇ ਨੇ ਤੁਹਾਨੂੰ ਮਾਰਨਾ ਹੀ ਉਹਨਾਂ ਨੇ, ਦੂਜੇ ਤੀਜੇ ਨੇ ਤੁਹਾਡਾ ਕੀ ਕਰ ਦੇਣਾ। ਕੱਲ ਨੂੰ ਅਗਲਾ ਵਿੱਚ ਅਗਲਾ ਕਹਿੰਦਾ ਛੱਡ ਪਰਾਂ ਯਾਰ, ਉਹ ਕਿਹੜਾ ਸਾਡੇ ਨਾਲ ਬੋਲਦਾ ਸੀ, ਕੀ ਲੈਣਾ। ਪਰ ਸ਼ਰੀਕ ਕਹਿੰਦਾ ਏ ਨਹੀਂ ਬੋਲਦਾ, ਨਾ ਬੋਲੇ, ਪੈਰਾਂ ਤੇ ਸੁੱਟਣਾ, ਹੱਥ ਅੜਾਉਣੇ ਆ, ਇਹ ਤਰਲੇ ਕਰਦਾ ਹੋਵੇ, ਇਹਨੂੰ ਪਤਾ ਲੱਗੇ ਅਸੀਂ ਕੀ ਸਾਡੇ ਮੁਤਾਬਕ ਚੱਲੇ। ਇਸ ਲਈ ਸ਼ਰੀਕ ਅਨਹੋਣੀ ਗੱਲ ਕਰਦਾ, ਬੁਰੀ ਗੱਲ ਕਰਦਾ। ਤੁਸੀਂ ਵੇਖੋ ਜੀ, ਬੀਬੀ ਭਾਨੀ ਜੀ ਨੂੰ ਇਹ ਸ਼ਬਦ ਬੋਲਦੇ ਵੀ ਇਹਨੂੰ ਤੇ ਵਿਚਾਰੀ ਨੂੰ ਕਦੇ ਸੋਨਾ ਵੇਖਣ ਨੂੰ ਨਸੀਬ ਨਹੀਂ ਹੋਇਆ, ਇਹਨੇ ਪਾਉਣਾ ਕੀ ਹੈ। ਸੁਨੇ ਤੈਨੂੰ ਜਾ ਕੇ ਮਨ ਕੀ ਜਾਨ, ਬੋਲੇ ਸ਼੍ਰੀ ਸਤਿਗੁਰ ਭਗਵਾਨ। ਗੁਰਦਾਸ ਮਹਾਰਾਜ ਹੱਸ ਕੇ ਮੁਸਕਰਾ ਪਏ, ਕਹਿੰਦੇ ਧੀ ਇਹ ਸੋਚਣ ਵਾਲੀ ਕਿਹੜੀ ਗੱਲ, ਇਹ ਚ ਕੀ ਆ ਸੋਚਣ ਵਾਲਾ। ਬੀਬੀ ਭਾਨੀ ਜੀ ਨੂੰ ਆਪਣੇ ਤਨ ਤੇ ਗਹਿਣੇ ਪਾਉਣ ਦਾ ਕੋਈ ਸ਼ੌਂਕ ਨਹੀਂ,
ਸੋਹਣੇ ਕੱਪੜੇ ਪਾਉਣ ਦਾ ਕੋਈ ਸ਼ੌਂਕ ਨਹੀਂ, ਦੁੱਖ ਇਸ ਗੱਲ ਦਾ ਲੱਗਿਆ ਵੀ ਉਹਨਾਂ ਨੇ ਗੁਰੂ ਘਰ ਨੂੰ ਟਾਰਗੇਟ ਕਰਤਾ ਵੀ ਏਡਾ ਵੱਡਾ ਘਰ ਹੈ ਕੱਖ ਨਹੀਂ ਨਾ ਹੋਣੇ। ਕਈ ਵਾਰ ਨਾ ਤੁਸੀਂ ਦੇਖੋ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਕਿਸੇ ਬੰਦੇ ਨੇ ਤੁਹਾਨੂੰ ਤਾਨਾ ਮਾਰਿਆ ਹੁੰਦਾ, ਕਹਿੰਦਾ ਯਾਰ ਟੁੱਟੀ ਜੀ ਗੱਡੀ ਚ ਤੁਰੇ ਫਿਰਦੇ, ਅਗਲਾ ਲਿਆ ਕੇ ਜੈਗੁਆਰ ਖੜੀ ਕਰ ਦਿੰਦਾ। ਉਹ ਕਹਿੰਦੀ ਤੈਨੂੰ ਕੀ ਲੋੜ ਸੀ ਇਹਦੀ, ਕਹਿੰਦਾ ਨਾ ਯਾਰ ਸ਼ਰੀਕਾਂ ਦਾ ਤਾਨਾ ਸੀ, ਭਾਵੇਂ ਘਰ ਵੇਖ ਜੇ ਅੜੀ ਭੰਗਦੀ ਹੋ ਜਾਂਦਾ ਕਈ ਵਾਰ। ਇਹਨੂੰ ਕਹਿੰਦੇ ਹਰਖ ਦਾ ਮਾਰਿਆ ਬੰਦਾ ਨਰਕ ਚੱਲਿਆ ਜਾਂਦਾ। ਗੁਰੂ ਸਾਹਿਬ ਨਾਲ ਪ੍ਰਸੰਨ ਹੋ ਕੇ ਆਖਣ ਲੱਗੇ, ਕਹਿੰਦੇ ਪੁੱਤ ਦਿਲ ਨੂੰ ਲਾਉਣ ਵਾਲੀ ਕਿਹੜੀ ਗੱਲ ਹੈ, ਦੱਸ ਕਿੰਨਾ ਸੋਨਾ ਚਾਹੀਦਾ। ਕਹਿੰਦੇ ਪਾਤਸ਼ਾਹ ਸੋਨਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਬਸਤਰ ਦੱਸ, ਖਜ਼ਾਨੇ ਭਰੇ ਪਏ ਆ ਜੀ, ਦੇ ਕਿਉਂ ਨਹੀਂ ਸੀ ਰਹੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਮਾਂ ਤੇ ਪਿਓ ਕਦੇ ਆਪਣੇ ਧੀ ਪੁੱਤ ਨੂੰ ਜ਼ਹਿਰ ਨਹੀਂ ਦਿੰਦਾ, ਚੰਗਾ ਪਿਓ ਕਦੇ ਚੰਗੀ ਮਾਂ ਆਪਣੇ ਪੁੱਤ ਨੂੰ ਕਦੇ ਨਹੀਂ ਕਹਿੰਦਾ ਸ਼ਰਾਬ ਪੀ ਕੇ ਕਰੇ ਵਾਲੇ, ਕੋਈ ਗੱਲ ਨਹੀਂ ਮੈਂ ਵੀ ਕੀਤਾ। ਉਹ ਛਿੱਤਰ ਚੁੱਕ ਲੈਂਦਾ, ਕਹਿੰਦਾ ਗੱਲ ਸੁਣ ਲਾ, ਅੱਜ ਘਰੇ ਵੜ ਗਿਆ, ਕੱਲ ਤੋਂ ਤੂੰ ਮੇਰਾ ਤੇ ਮੈਂ ਤੇਰਾ ਕੁਛ ਨਹੀਂ ਲੱਗਦਾ ਜੇ ਨਸ਼ੇ ਨੂੰ ਹੱਥ ਲਾਇਆ। ਇਹੀ ਹੁੰਦਾ ਨਾ ਚੰਗੇ ਮਾਂ ਬਾਪ ਦੀ ਨਿਸ਼ਾਨੀ, ਇਹ ਸੰਸਕਾਰ ਹੁੰਦੇ ਆ ਨਾ। ਤੇ ਹੁਣ ਤੇ ਜ਼ਮਾਨਾ ਇਹੋ ਜਿਹਾ, ਪਿਓ ਪੁੱਤ ਸ਼ਰਾਬ ਪੀ ਫਿਰਦੇ ਤੇ ਟੱਬਰ ਲੁਕਦਾ ਫਿਰਦਾ, ਕਹਿੰਦੇ ਸਾਨੂੰ ਕੁਛ ਨਾ ਕਹਿ ਦੇ। ਮੈਂ ਕਦ ਤੱਕ ਲੁਕਾਉਂਗੇ, ਕਬੂਤਰ ਅੱਖਾਂ ਬੰਦ ਕਰੇ ਬਿੱਲੀ ਦਾ ਖਤਰਾ ਥੋੜਾ ਟਲ ਜਾਂਦਾ, ਜਦ ਤੱਕ ਬਿੱਲੀ ਦਾ ਬੜਾਂਗਾ ਨਾ ਹੋਵੇ ਸਕਦਾ ਪਾ ਕੇ ਪੂਰੀ ਚ ਫਿਰ ਉਹ ਛੱਤਰ ਫਿਰ ਸਮਝ ਆ ਦੂ ਬਿੱਲੀ ਨੂੰ ਵੀ ਕਿਹੜੇ ਰਾਹ ਜਾਣਾ ਕਿਹੜੇ ਨਹੀਂ ਜਾਣਾ। ਗੱਲ ਉਹੀ ਹੈ, ਤੁਸੀਂ ਜਿੰਨੇ ਨਰਮ ਹੋ ਕੇ ਚੱਲੋਗੇ ਜ਼ਮਾਨਾ ਤੁਹਾਨੂੰ ਦੱਬੀ ਜਾਊਗਾ, ਬੋਲੀ ਜਾਊ, ਮਾੜਾ ਖੂਗਾ। ਥੋੜੇ ਸਖਤ ਹੋ ਕੇ ਵੇਖੋ, ਸਾਰੇ ਪਤਰੀ ਵਾਚ ਜਾਂਦੇ ਆ, ਸਰ ਹੱਥ ਲਾਉਂਦੇ ਫਿਰ ਤਪੈਰੀ। ਬੀਬੀ ਭਾਲੀ ਜੀ ਥੋੜੇ ਨਰਮ ਸੁਭਾਅ ਦੇ ਸੀ, ਕਹਿ ਦਿੱਤੇ ਉਹਨਾਂ ਨੇ ਸ਼ਬਦ ਸੁਣ ਕੇ, ਮਹਾਰਾਜ ਕੋਲ ਆ ਕੇ ਰੋਣ ਲੱਗੇ, ਕਿਉਂਕਿ ਜ਼ਰੂਰਤ ਇੱਥੇ ਜਾਂਦਾ ਗੁਰੂ ਅੱਗੇ, ਹੋਰ ਕਿਹਦੇ ਕੋਲ ਜਾਣਾ। ਮਹਾਰਾਜ ਕਹਿੰਦੇ ਧੀਏ ਚਿੰਤਾ ਨਾ ਕਰ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਤੇ ਖੰਡਾਂ ਬ੍ਰਹਿਮੰਡਾਂ ਦੇ ਦੇਵੀ ਦੇਵਤੇ ਨਮਸਕਾਰਾਂ ਕਰਦੇ ਨੇ। ਸਮੁਖ ਸ਼ਿਲਾ ਇੱਕ ਪਰੀ ਨਿਹਾਰੀ, ਇਤਕ ਹੇਮ ਮੈਂ ਹੋਏ ਸਭ ਕਾਰੀ। ਸਤਿਗੁਰੂ ਜਿੱਥੇ ਬੈਠੇ ਸੀ ਸੱਚੇ ਪਾਤਸ਼ਾਹ ਦੇ ਸਾਹਮਣੇ ਇੱਕ ਪੱਥਰ ਪਿਆ ਸੀ ਬਹੁਤ ਵੱਡਾ, ਕਿਉਂਕਿ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ, ਉਹ ਸੇਵਾ ਚੋਂ ਕੜ ਨਿਕਲਿਆ ਸੀ ਪੱਥਰ ਦਾ ਸਹਿਜ ਸੁਭਾਅ। ਮਹਾਰਾਜ ਉਹ ਪੱਥਰ ਵੱਲ ਵੇਖ ਕੇ ਕਹਿੰਦੇ ਪੁੱਤਰ ਇੰਨੇ ਕੁ ਸੋਨੇ ਨਾਲ ਸਰਜੂਗ ਨਹੀਂ ਆਖੋ ਸਕਦਾ, ਹੁਣ ਉਹ ਪੱਥਰ ਅਨਲਿਮਿਟਡ ਭਾਰ ਹੈ, 20 ਕਿਲੋ ਵੀ ਹੋ ਸਕਦਾ, 10 ਕਿਲੋ ਵੀ ਹੋ ਸਕਦਾ। ਮਹਾਰਾਜ ਕਹਿੰਦੇ ਦੇਖਦੀ ਹੈ, ਉਹ ਸੋਨਾ ਨਹੀਂ ਪਿਆ ਸਾਹਮਣੇ। ਬੀਬੀ ਭਾਨੀ ਨੇ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸੁਣਿਆ, ਸੁਣ ਕੇ ਹੈਰਾਨ ਹੋਏ ਨੇ। ਵਸਤਰ ਦੀ ਭੁੱਖ ਨਾ ਹੋਏ ਨਾ ਹੋਏ ਕੇ ਨਾਹੀਂ, ਇਤਕ ਜੇ ਕਰ ਬਣੇ ਕਹੋ ਕਰ ਮਾਹੀ। ਕੱਡੇ ਦੇ ਆਲੂ ਨੇ ਪਾਤਸ਼ਾਹ ਕਹਿੰਦੇ ਧੀਏ ਇੰਨੇ ਕੁ ਸੋਨੇ ਨਾਲ ਤੇਰੇ ਕੱਪੜੇ ਬਣ ਜਾਣਗੇ, ਪੁੱਤਰ ਤੇਰੇ ਗਹਿਣੇ ਬਣ ਜਾਣਗੇ ਇਹਦੇ ਨਾਲ, ਜਾਂ ਹੋਰ ਚਾਹੀਦਾ ਸਤਨਾਮ। ਇਹ ਆ ਗੁਰੂ ਦਾ ਜਿਗਰਾ, ਗੱਲ ਸੋਨਾ ਪਾਉਣ ਤੇ ਕੱਪੜੇ ਪਾਉਣ ਦੀ ਨਹੀਂ ਹੈ, ਗੱਲ ਤੇ ਗੁਰੂ ਨਾਨਕ ਦੇ ਘਰ ਨੂੰ ਤਾਨਾ ਵਜੇ। ਜਦ ਜਦ ਗੁਰੂ ਘਰ ਨੂੰ ਤਾਨੇ ਵਜੇ ਨਾ, ਤੇ ਫਿਰ ਮਰਦ ਨੇ ਕੀ ਕੁਝ ਕੀਤਾ ਹੈ। ਸੱਤੇ ਬਲਵੰਡੇ ਦੀ ਵਾਰ ਫੜ ਕੇ ਵੇਖੋ ਤਾਨਾ ਮਾਰਿਆ ਸੀ, ਕਿੱਥੇ ਬਚਾ ਦੇ ਫਿਰ। ਖਡੂਰ ਸਾਹਿਬ ਦਾ ਜੋਗੀ ਗੁਰੂ ਘਰ ਨੂੰ ਤਾਨਾ ਹੀ ਮਾਰਦਾ ਸੀ, ਫਿਰ ਕੀ ਕੁਝ ਨਹੀਂ ਉਹਦੇ ਨਾਲ ਹੋਇਆ। ਗੁਰੂ ਅਮਰਦਾਸ ਮਹਾਰਾਜ ਨੇ ਕੀ ਕਿਹਾ, ਕਹਿੰਦੇ ਜਿੱਥੇ ਜਿੱਥੇ ਖੜ ਪਾਇਓ ਤਿੱਥੇ ਮਹਾ ਮਹਾ ਹਥਿਆਰਿਆ, ਵੀ ਜਿੱਥੇ ਦੀ ਹੱਡੀ ਪਸਲੀ ਮੋਟੀ ਖੂਨ ਦੀ ਮਾਸ ਦੀ ਲੈ ਜਾਓਗੇ ਉੱਥੇ ਵੀ ਨਹੀਂ ਲੈ ਜਾਓ। ਕਿਉਂ? ਇਹਨੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਆਖੋ ਸਤਨਾਮ, ਉਸ ਘਰ ਦੀ ਜਿਹੜਾ ਸਾਰਿਆਂ ਦਾ ਭਲਾ ਮੰਨਦਾ। ਤੁਸੀਂ ਚੰਗਾ ਕਰਨ ਵਾਲੇ ਇਨਸਾਨ ਦਾ ਬੁਰਾ ਕਰੋਗੇ ਤੇ ਭਰੋਗੇ ਨਹੀਂ।
ਨੈਚੁਰਲ ਹੈ, ਕੋਈ ਬੰਦਾ ਤੁਹਾਡੇ ਕੰਮ ਕਰਦਾ, ਤੁਹਾਡੇ ਨਾਲ ਖੜਦਾ, ਹਮੇਸ਼ਾ ਤੁਹਾਡੇ ਲਈ ਮਰਦਾ। ਪਿਤਾ ਹੋ ਸਕਦਾ, ਮਾਂ ਹੋ ਸਕਦੀ ਹੈ, ਪਰਿਵਾਰ ਦਾ ਮੈਂਬਰ ਹੋ ਸਕਦਾ ਹੈ। ਤੇ ਜੇ ਤੁਸੀਂ ਉਸ ਬੰਦੇ ਦੀਆਂ ਜੜਾਂ ਵੱਢੋਗੇ ਤੇ ਤੁਹਾਡਾ ਰੱਬ ਬਣੂ ਕਦੇ ਨਹੀਂ ਬਣਦਾ। ਰੱਬ ਮਿਲਦਾ ਕਿਵੇਂ ਹੈ? ਰੱਬ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਆਲੇ ਨਾਲੇ ਹੀ ਹੈ, ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਵੀ ਹੈ, ਤੁਹਾਡੇ ਵੀ ਹੈ, ਪਰ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਰੱਬ ਵੇਖਣਾ ਨਹੀਂ ਚਾਹੀਦਾ। ਬੜਿਆਂ ਨੂੰ ਜ਼ਿੰਦਗੀ ਚ ਰੱਬ ਮਿਲਿਆ, ਪਰ ਉਹ ਪਛਾਣ ਨਹੀਂ ਸਕਿਆ, ਉਹ ਸਤਨਾਮ ਨਹੀਂ ਪਛਾਣ ਸਕਿਆ, ਫਿਰ ਇਹ ਹੱਥ ਜੋੜੀ ਦਰ ਦਰ ਤੇ ਨਹੀਂ ਮਿਲਿਆ। ਰੱਬ ਸਾਡੇ ਆਸ ਪਾਸ ਹੈ, ਰੱਬ ਸਾਡੇ ਕੋਲੇ ਹੈ, ਕੋਈ ਅਸੀਂ ਰੱਬ ਤੋਂ ਦੂਰ ਹਾਂ? ਰੱਬ ਥੋੜੀ ਸਾਡੇ ਤੋਂ ਦੂਰ ਹੈ, ਉਹ ਤੇ ਨਾਲ ਸਾਡੇ ਹਰ ਵੇਲੇ ਕਿਸੇ ਨਾ ਕਿਸੇ ਰੂਪ ਚ ਲੱਥਦਾ ਰਹਿੰਦਾ। ਬੀਬੀ ਭਾਨੀ ਜੀ ਨੂੰ ਮਹਾਰਾਜ ਪੁੱਛਦੇ, ਕਹਿੰਦੇ ਪੁੱਤਰ ਇੰਨੇ ਕੁ ਸੋਨੇ ਨਾਲ ਸਰ ਜਾਊ ਜਾਂ ਹੋਰ ਚਾਹੀਦਾ? ਹੱਥ ਜੋੜ ਲਏ, ਕਹਿੰਦੇ ਪਾਤਸ਼ਾਹ ਤੇ ਬਹੁਤ ਜ਼ਿਆਦੇ ਆ, ਸਤਨਾਮ। ਸਬਰ ਵੇਖੋ, ਸਬਰ ਤੁਸੀਂ ਕਦੇ ਘਰੇ ਜਾ ਕੇ ਪੁੱਛ ਲਿਓ ਵੀ ਆਹ ਪੰਜ ਸੂਟ ਨੇ ਤੇਰੇ ਕੋਲ, ਹੋਰ ਚਾਹੀਦੇ ਨੇ ਸਾਜੂ ਦਾ? ਉਹ ਕਹਿੰਦੇ ਨਹੀਂ, ਅਜੇ ਪੰਜ ਚਾਰ ਹੋਰ ਲੈਣੇ ਨੇ, ਅਜੇ ਤੇ ਮੇਰੇ ਸੰਦਰ ਵਾਲੇ ਵੀ ਪਏ ਆ, ਉਹ ਵੀ ਲੈਣੇ ਆ, ਅੱਜ ਤੇ ਮੇਰੇ ਫਲਾਣੀ ਪਾਰਟੀ ਦੇ ਵੀ ਪੈਂਡਿੰਗ ਪਈ, ਉਹ ਵੀ ਲੈ ਕੇ ਦੋਵੇਂ, ਰੱਜਿਆ ਕਦੇ ਕੋਈ ਨਹੀਂ ਰੱਜਦਾ, ਸਬਰ ਨਹੀਂ ਹੁੰਦਾ। ਬੀਬੀ ਭਾਨੀ ਹੱਥ ਜੋੜ ਕੇ ਭਰੇ ਦਰਬਾਰ ਚ ਕਹਿੰਦੇ ਪਾਤਸ਼ਾਹ ਮੈਨੂੰ ਇੰਨਾ ਸੋਨਾ ਨਹੀਂ ਚਾਹੀਦਾ, ਕਹਿੰਦੇ ਇਹ ਸੋਨਾ ਬੁੱਧੀ ਭ੍ਰਿਸ਼ਟ ਨਾ ਕਰ ਦੇਵੇ। ਪਿਤ ਜੀ ਆਪ ਸਰਬਗਤ ਜਾਣੋ, ਸਭ ਵਿਧ ਸਮਰਥ ਚਾਹੋ। ਗੜ ਪੱਲਾ ਪਾ ਕੇ ਬੀਬੀ ਭਾਨੀ ਜੀ ਆਖਣ ਲੱਗੇ, ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਸਭ ਕੁਝ ਜਾਣਦੇ ਹੋ, ਤੁਹਾਨੂੰ ਇਹ ਵੀ ਪਤਾ ਹੈ ਮੈਂ ਦੁਖੀ ਕਿਉਂ ਹਾਂ। ਸੋਨਾ ਪਾਉਣ ਦਾ ਕੋਈ ਰੌਲਾ ਨਹੀਂ, ਸੋਹਣੇ ਕੱਪੜੇ ਪਾਉਣ ਦਾ ਕੋਈ ਰੌਲਾ ਨਹੀਂ। ਇੱਕ ਵਾਰੀ ਸ਼ਰੀਕਾਂ ਨੂੰ ਵਿਖਾਉਣਾ ਸੀ, ਜਿਨ੍ਹਾਂ ਦੇ ਇੰਨਾ ਕੁਝ ਗੁਰੂ ਘਰ ਨੂੰ ਬੋਲਤਾ ਵੀ ਇੱਥੇ ਕੀ ਹੈ, ਅੱਜ ਵਿਖਾ ਦੇਣਗੇ ਵੀ ਸਭ ਕੁਛ ਕੀਤੇ ਆ। ਸਤਨਾਮ ਕਿਹੜੀ ਹਵਾ ਚ ਤੁਰੇ ਫਿਰਦੇ ਹੋ ਤੁਸੀਂ? ਦੁਨੀਆਂ ਤੁਹਾਨੂੰ ਅਹਿਸਾਸ ਕਰਾਉਂਦੀ ਹੈ, ਤੁਹਾਡਾ ਸ਼ਰੀਕਾ ਪਰਿਵਾਰ ਤੁਹਾਨੂੰ ਇਹ ਵਿਖਾਊਗਾ ਵੀ ਸਾਡੇ ਬਿਨਾਂ ਤੁਹਾਡਾ ਨਹੀਂ ਸਰਨਾ, ਤੁਹਾਡੀ ਗਲਤੀ ਨਹੀਂ ਹੋਣੀ ਸਾਡੇ ਬਿਨਾਂ, ਨਾ ਲੜੋ ਸਾਨੂੰ, ਨਾ ਬੋਲੋ ਸਾਨੂੰ ਮਾੜਾ, ਲੋੜ ਸਾਡੀ ਪੈਣੀ ਹੈ, ਦਿਖਾਉਂਦੇ ਆ। ਤੇ ਲੋਕ ਇਸੇ ਕਰਕੇ ਭੱਜ ਭੱਜ ਪਿੱਛੇ ਫਿਰਦੇ ਆ ਵੀ ਯਾਰ ਨਹੀਂ, ਸਾਡਾ ਸ਼ਰੀਕਾ ਕਬੀਲਾ ਜੇ ਅਸੀਂ ਛੱਡ ਤਾਂ ਲੋਕ ਹੀ ਕਹਿਣਗੇ, ਤੇ ਜਿੱਦਣ ਗਲੀ ਤੇ ਛਿੱਤਰੋ ਛਿੱਤਰੀ ਹੁੰਦੇ ਲੋਕ ਤੇ ਉਦਣ ਵੀ ਕੁਛ ਕਹਿੰਦੇ ਆ, ਉਦਣ ਕਿਉਂ ਚੁੱਪ ਹੁੰਦੇ ਆ? ਸਮਾਜ ਵਿੱਚ ਉਹਨਾਂ ਕੁ ਵਰਤੀਏ, ਉਹ ਕੋਈ ਵੀ ਹੋਵੇ ਜੀ, ਚਾਹੇ ਬਾਹਰ ਦਾ ਚਾਹੇ ਕੋਈ ਅੰਦਰ ਦਾ, ਜਿੱਥੇ ਤੱਕ ਤੁਹਾਡਾ ਸਤਿਕਾਰ ਕਾਇਮ ਹੋਵੇ, ਉਹ ਤੋਂ ਵੱਡਾ ਵਰਤ ਵਾਰਾ ਜ਼ਿੰਦਗੀ ਚ ਕਦੇ ਰੱਖਣਾ ਹੀ ਨਹੀਂ ਚਾਹੀਦਾ। ਕੋਈ ਵੀ ਰਿਸ਼ਤਾ ਨਹੀਂ ਜਿੱਥੇ ਤੁਹਾਡੇ ਸਤਿਕਾਰ ਨਹੀਂ, ਤੁਹਾਡੀ ਰਿਸਪੈਕਟ ਨਹੀਂ, ਉੱਥੇ ਜਾਣ ਦਾ ਫਾਇਦਾ ਨਹੀਂ। ਬੀਬੀ ਭਾਨੀ ਜੀ ਦੇ ਨੇਤਰਾਂ ਚ ਅਥਰੂ ਸੀ ਵੀ ਮੈਂ ਨਾ ਚਾਹੁੰਦੇ ਹਾਂ ਵੀ ਪਿਤਾ ਗੁਰੂ ਕੋਲੋਂ ਕੀ ਮੰਗ ਬੈਠੀ ਆ। ਇਮ ਕਹਿ ਛਿਲਾ ਬਿਲੋਕੀ ਜਵੈ, ਦਮ ਕਤ ਹੋਈ ਹੇਮ ਕੀ ਸਬੈ। ਗੁਰੂ ਸਾਹਿਬ ਕਹਿੰਦੇ ਪੁੱਤਰ ਲੈ ਜਾਓ ਚੁੱਕ ਕੇ ਭਾਈ। ਬੀਬੀ ਭਾਨੀ ਜੀ ਨੇ ਇੱਕ ਦੋ ਸੇਵਾਦਾਰਾਂ ਨੂੰ ਬੁਲਾਇਆ, ਕਹਿੰਦੇ ਉਹ ਪੱਥਰ ਚੁੱਕਿਆ ਨਹੀਂ ਸੀ ਜਾਂਦਾ, ਜਦ ਚੁੱਕ ਕੇ ਪੁੱਠਾ ਸਿੱਧਾ ਕੀਤਾ, ਐਡਾ ਟੁਕੜਾ ਹੀ ਸੋਨੇ ਦਾ ਸੀ। ਆਖੋ ਸਤਨਾਮ। ਮਹਾਰਾਜ ਕਹਿੰਦੇ ਪੁੱਤ ਗਹਿਣੇ ਕਢਾਈ ਚੱਲ ਵੰਡੀ ਚੱਲ, ਸ਼ਰੀਕਾਂ ਨੂੰ ਵੀ ਭੇਟਾ ਕਰਦੇ। ਆਖੋ ਸਤਨਾਮ। ਜਿਹੜੇ ਕਹਿੰਦੇ ਨਾ ਗੁਰੂ ਨਾਨਕ ਦੇ ਘਰ ਕੁਝ ਨਹੀਂ, ਕਹਿੰਦੇ ਉਹਨਾਂ ਨੂੰ ਵੀ ਰੱਜ ਰੱਜ ਵੰਡ, ਹੋਰ ਚਾਹੀਦੇ ਹੋਰ ਲੈ ਜੀ, ਪਤਾ ਤੇ ਲੱਗੇ ਵੀ ਸੋਨਾ ਕਿੰਨਾ ਹੈ। ਵੀ ਅਸੀਂ ਆ ਚਾਰ ਸੋਨੇ ਦੇ ਟੁਕੜੇ ਚ ਪਾ ਕੇ ਲੋਕਾਂ ਨੂੰ ਹਵਾ ਵਿਖਾਉਂਦੇ ਫਿਰਦੇ, ਕੀ ਪਤਾ ਕਿਸੇ ਨੇ ਕਿੰਨਾ ਕਰ ਰੱਖਿਆ।
ਕਿਸੇ ਦੇ ਕੱਪੜਿਆਂ ਤੇ ਨਾ ਜਾਇਆ ਕਰੋ, ਕਿਸੇ ਦੀ ਸਾਦਗੀ ਤੇ ਨਾ ਜਾਇਆ ਕਰੋ। ਅੱਜ ਕੱਲ੍ਹ ਲੋਕ ਦੇਸੜ ਦੇ ਬਣੇ ਫਿਰਦੇ ਹੁੰਦੇ, ਲੌਕਰ ਭਰੇ ਹੁੰਦੇ ਸੋਨੇ ਨਾਲ, ਐਵੇਂ ਨਾ ਇੱਕ ਮੁੰਦਰੀ ਦੀ ਪਾ ਕੇ ਹਵਾ ਕਰਿਆ ਕਰੋ ਵੀ ਪਤਾ ਨੀ ਮਹੀ ਸਭ ਕੁਛ ਡਾਇਵਰਟ ਪਾਇਆ। ਐਨੇ ਕਿਤੇ ਲੋਕਾਂ ਦੀਆਂ ਜੇਬਾਂ 'ਚ ਵਿਆਹ ਹੁੰਦਾ ਹੈ, ਦੁਨੀਆਂ ਬੜੀ ਗਹਿਰੀ ਹੈ ਜੀ। ਜ਼ਿੰਦਗੀ 'ਚ ਕਦੇ ਕੋਈ ਮਾਣ ਨਹੀਂ ਕਰਨਾ ਚਾਹੀਦਾ। ਸਾਡੇ ਵਰਗੇ 4 ਦਿਨ ਕੱਪੜੇ ਪਾ ਕੇ ਵਿਖਾ ਦਿੰਦੇ ਆ, ਤੇ ਲੋਕਾਂ ਦੇ ਇੰਨੇ ਕੁ ਕੱਪੜੇ ਜਿੰਨੇ ਕੁ ਮਹਿੰਗੇ ਅਸੀਂ ਪਾਈ ਫਿਰਦੇ ਹੁੰਦੇ ਆ, ਅਲਮਾਰੀਆਂ 'ਚ ਪਏ ਖਰਾਬ ਹੁੰਦੇ ਆ। ਕਾਹਦਾ ਮਾਣ ਹੈ? ਦੁਨੀਆਂ ਦੇ ਵਿੱਚ ਗੁਣਾਂ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ, ਪਦਾਰਥਾਂ ਦਾ ਤੇ ਛੱਡੋ। ਬੀਬੀ ਭਾਨੀ ਜੀ ਲੈ ਕੇ ਆਏ ਸੁਨਿਆਰੇ ਕੋਲ, ਕਹਿੰਦੀ ਗਹਿਣੇ ਘੜੇ ਆਪ ਤੇ ਪਾਏ ਨੀ, ਉਹਨਾਂ ਨੂੰ ਭੇਟਾ ਕੀਤੀ, ਤੋਹਫੇ ਭੇਜੇ ਜਿਹੜੇ, ਕਹਿੰਦੀ ਇੱਥੇ ਹੈ ਕੁਝ ਨੀ, ਪਾਉਂਦੇ ਕੁਝ ਨੀ, ਉਹਨਾਂ ਵਿਖਾਇਆ ਸਭ ਕੁਝ ਹੁੰਦੇ ਆ ਵੀ ਸਾਨੂੰ ਪਾਉਣ ਦੀ ਲੋੜ ਨੀ ਆ। ਸਤਨਾਮ ਜਿਹਦਾ ਜੀਵਨ ਸੋਨਾ ਹੋਵੇ, ਜਿਹਦੇ ਅੰਦਰ ਦੇ ਵਿਚਾਰ ਹੀਰੇ ਮੋਤੀ ਹੋਣ, ਉਹਨੂੰ ਸੋਹਣਾ ਬਣਨ ਦੀ ਲੋੜ ਹੈ। ਮਨੁੱਖ ਦੇ ਗੁਣ ਹੀ ਉਹਨੂੰ ਸੋਹਣਾ ਬਣਾਉਂਦੇ ਨੇ। ਤੁਹਾਡਾ ਸੁਭਾਅ ਚੰਗਾ ਹੋਵੇ ਨਾ, ਤੁਸੀਂ ਕੱਖ ਨਾ ਪਾਇਆ ਹੋਵੇ ਕਿਸੇ ਦੇ ਫੰਕਸ਼ਨ ਤੇ ਗਏ, ਲੋਕਾਂ ਦਾ ਦਿਲ ਮੋਹ ਲੈਣਾ, ਲੋਕ ਕਹਿੰਦੇ ਯਾਰ ਆਹ ਬੰਦਾ ਬੜਾ ਚੰਗਾ, ਇਹ ਭੈਣ ਜੀ ਬਹੁਤ ਚੰਗੇ ਨੇ, ਸਤਿਕਾਰ ਕਰਦੇ ਆ, ਤੇ ਲੈ ਤੁਸੀਂ ਕਿਲੋ ਕਿਲੋ ਸੋਨਾ ਪਾ ਕੇ ਬਾਂਦਰੀ ਵਾਂਗੂ ਫਿਰੋ। ਅਗਲਾ ਕਹਿੰਦਾ ਲੈ ਹੰਕਾਰਿਆ ਫਿਰਦਾ, ਇਹਦੇ ਕੋਲ ਕੀ ਹੈ, ਇਹ ਤਾਂ ਦਿਖਾਵਾ ਕਰਦੇ ਆ, ਇਹ ਤੇ ਨਕਲੀ ਪਾਇਆ ਹੋਣਾ, ਐਵੇਂ ਨੀ ਭੁਲੇਖਾ ਰੱਖੀਦਾ, ਅੱਜ ਕੱਲ੍ਹ ਤਾਂ ਡੁਪਲੀਕੇਟ ਪੋਲਿਸ਼ ਬਣੀ ਹੈ। ਅੱਜ ਇਹਨਾਂ ਨੂੰ ਚੋਰ ਲੁੱਟ ਲੈਂਦੇ, ਬਾਅਦ ਜੋ ਵੀ ਪਛਤਾਉਂਦੇ ਆ, ਆ ਕਹਿੰਦੇ ਕੰਨਾਂ ਦੀਆਂ ਵਾਲੀਆਂ ਜੀ ਖੋਈਆਂ ਯਾਰ ਨਿਕਲੀਆਂ ਨਕਲੀ ਆ। ਤੂੰ ਸਤਨਾਮ, ਇਹ ਤੇ ਮੇਲੇ ਵਾਲਾ ਸਮਾਨ ਸੀ 20-50 ਵਾਲਾ, ਇੰਨਾ ਤੇਲ ਹੋ ਗਿਆ ਪਿੱਛੇ ਫਿਰਦੇ ਨੇ। ਹੁੰਦਾ ਲੋਕਾਂ ਨਾਲ ਵੀ ਮਿਲਦਾ ਕੀ ਹੈ? ਹਮੇਸ਼ਾ ਸ਼ੁਭ ਗੁਣ ਸਾਡੇ ਕੋਲ ਹੋਣੇ ਚਾਹੀਦੇ, ਜਿਹਨਾਂ ਨੂੰ ਖੋ ਨਹੀਂ ਸਕਦਾ ਕੋਈ। ਤੁਹਾਡੀ ਬੰਦਗੀ ਕੋਈ ਖੋ ਸਕਦਾ ਹੈ? ਤੁਹਾਡੀ ਨਿਮਰਤਾ ਕੋਈ ਖੋ ਸਕਦਾ ਹੈ? ਤੁਹਾਡੇ ਮਿੱਠੜੇ ਬੋਲ ਕੋਈ ਖੋ ਸਕਦਾ ਜੀ? ਨਹੀਂ। ਤੁਸੀਂ ਜਿੱਥੇ ਵੀ ਬੈਠੋਗੇ, ਬੁਰੇ ਲੋਕ ਵੀ ਮਜਬੂਰ ਹੋ ਜਾਣਗੇ ਤੁਹਾਡੀ ਇੱਜ਼ਤ ਕਰਨ ਲਈ, ਤੁਹਾਨੂੰ ਬੁਲਾਉਣ ਲਈ। ਬੀਬੀ ਭਾਨੀ ਜੀ ਨੇ ਸਤਿਗੁਰਾਂ ਤੋਂ ਉਹ ਦਾਤ ਲਈ, ਲੈ ਕੇ ਆਏ ਘਰ, ਆ ਕੇ ਗਹਿਣੇ ਖੜਾਏ, ਬਸਤਰ ਬਣਵਾਏ, ਆਪ ਨਹੀਂ ਪਹਿਨੇ, ਕਿਉਂਕਿ ਇਹ ਤੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਉਹ ਜਾਣਦੇ ਨੇ ਜਿੱਤ ਪਹਿਦੇ ਤਨ ਪੀੜੀਐ, ਮਨ ਮੈਂ ਚੱਲੈ ਬੇਕਾਰ, ਬਾਬਾ ਹੋਰ ਪਹਿਨਣਾ ਖੁਸ਼ੀ ਖੁਆਰ। ਗੁਰਬਾਣੀ ਨੇ ਆਖਿਆ ਜਿਹਨੂੰ ਪਾ ਕੇ ਮਨ ਚ ਵਿਕਾਰ ਚੱਲਦਾ, ਮੰਨ ਲਓ ਸੋਹਣਾ ਕੱਪੜਾ ਪਾ ਕੇ ਮਨ ਚ ਆਉਂਦਾ ਨਾ ਵੀ ਮੇਰੇ ਜੱਚਦਾ, ਇੱਕ ਦੋ ਵਾਰ ਵਿੰਗੇ ਟੇਢੇ ਝੋਕੇ ਸ਼ੀਸ਼ੇ ਚ ਵੇਖਿਆ, ਸਮਝ ਲਓ ਹੰਕਾਰ ਦੀ ਘੋੜੀ ਚੜ ਗਈ। ਮਰਦ ਕਹਿੰਦੀ ਮਨ ਮੈਂ ਚੱਲਾ ਵਿਕਾਰ, ਬੰਦਿਆ ਤੇਰੇ ਮਨ ਚ ਵਿਕਾਰ ਚੱਲਣਗੇ, ਇਹਨਾਂ ਵਿਕਾਰਾਂ ਨੇ ਤੇਰੀ ਜ਼ਿੰਦਗੀ ਤੇਰਾ ਜੀਵਨ ਨਰਕ ਬਣਾ ਦੇ। ਇੰਨੀਆਂ ਦਾਤਾਂ ਲੈ ਕੇ ਵੀ ਬੀਬੀ ਭਾਨੀ ਜੀ ਦੀ ਨਿਮਰਤਾ ਨਹੀਂ ਕੋਈ ਖਰੀਦ ਸਕਿਆ। ਜੇ ਅਸੀਂ ਲੋਕਾਂ ਵਰਗੇ ਹੋ ਗਏ ਤੇ ਸਾਡੇ ਤੇ ਲੋਕਾਂ ਚ ਕੀ ਫਰਕ ਹੈ? ਖਾਲਸਾ 125,000,000 ਚ ਖੜਿਆ ਪਛਾਣਿਆ ਜਾਂਦਾ। 10 ਲੱਖ ਦਾ ਇਕੱਠ ਹੋਵੇ ਤੇ ਗੁਰੂ ਕਾ ਸਿੰਘ ਹੋਵੇ ਸ਼ਸਤਰਧਾਰੀ, 10 ਲੱਖ ਚ ਦਿਸਦਾ। ਮੈਂ ਕਹਿੰਦਾ ਜੀ ਭੇਡਾਂ ਚ ਭੇਡਾਂ ਖੜੀਆਂ ਕਰ ਦੋ, ਇੱਕ ਵੀ ਨੀ ਲੱਭਦੀ, ਲੱਭੂਗਾ? ਗੁਰੂ ਕਾ ਸਿੱਖ ਮਨਮੁੱਖਾਂ ਵਰਗਾ ਨਹੀਂ ਬਣਦਾ, ਮਨਮੁੱਖਾਂ ਤੇ ਪ੍ਰਭਾਵ ਪੈਂਦਾ। ਉਹ ਕਹਿੰਦੇ ਯਾਰ ਅਸੀਂ ਇਹਦੇ ਵਰਗਾ ਬਣਨਾ। ਸਤਨਾਮ। ਅੱਜ ਕੱਲ੍ਹ ਜਿਹੜੇ ਸਾਡੇ ਵਰਗੇ ਸਿੱਖ ਤੁਰੇ ਫਿਰਦੇ ਆ ਜੀ, ਡੋਮੈਸਟਿਕ ਗਲੋਬਲ ਜੇ ਇੱਧਰ ਉੱਧਰ ਵੱਜਣ ਵਾਲੇ, ਉਹ ਦੂਜੇ ਨੂੰ ਵੇਖ ਕੇ ਤੁਰੀ ਜਾਂਦੇ, ਕਹਿੰਦੇ ਯਾਰ ਮੈਂ ਗਲਤੀ ਨਾਲ ਅੰਮ੍ਰਿਤ ਛਕ ਲਿਆ, ਅੱਜ ਮੈਂ ਚੀਨੀ ਪਾਉਣੀ ਸੀ ਸੋਨੇ ਦੀ, ਮੈਂ ਛਾਪ ਪਾਉਣੀ ਸੀ, ਚੱਲ ਫਲਾਣੀ ਥਾਂ ਪਾ ਲਾਂ, ਮੈਂ ਕਰਾਂ ਯਾਰ ਅੱਜ ਜਿੱਥੇ ਮਰਜ਼ੀ ਕਰੀਏ ਕੋਈ ਚੱਕਰ ਹੀ ਨਹੀਂ ਹੈ। ਜੇ ਮਨ ਹੀ ਨਹੀਂ ਬਦਲਿਆ ਤੇ ਫਾਇਦਾ ਕੀ ਹੈ? ਅਸਲ ਵਿੱਚ ਜਿਹਦਾ ਮਨ ਰੱਜ ਗਿਆ ਉਹ ਬਾਹਰੋਂ ਵੀ ਰੱਜ ਗਿਆ, ਕੁਛ ਨਹੀਂ ਹੈਗਾ ਲਵਾਸਾਂ ਚ। ਪਾਉਣ ਨਾਲ ਵੀ ਕੁਝ ਨਹੀਂ ਹੋਣਾ, ਨਾ ਪਾਉਣ ਨਾਲ ਵੀ ਕੁਝ ਨਹੀਂ ਹੋਣਾ। ਗੱਲ ਜਿਹਦੀ ਗੱਲ ਗੁਰੂ ਨਾਲ ਬਣ ਗਈ, ਜਿਹਦੀ ਗੁਰੂ ਨਾਲ ਜੱਜ ਗਈ, ਉਹ ਕਹਿੰਦਾ ਮੈਂ ਜੱਗ ਤੋਂ ਪੀ ਲੈਣਾ। ਸਤਨਾਮ।
ਮੇਰਾ ਸਤਿਗੁਰੂ ਪ੍ਰਸੰਨ ਹੋਣਾ ਚਾਹੀਦਾ ਹੈ। ਬੀਬੀ ਭਾਲੀ ਜੀ ਨੇ ਉਹ ਸੋਨਾ ਫਿਰ ਗਰੀਬਾਂ ਨੂੰ ਵੰਡਿਆ, ਸ਼ਰੀਕਾਂ ਨੂੰ ਦੰਦਲਾ ਪੈਣ ਵੀ ਅਸੀਂ ਕਹਿੰਦੇ ਸੋਨਾ ਨੀ ਪਾ ਸਕਦੇ ਤੇ ਦਾਨ ਕਰਦੇ ਆ, ਇਹ ਤੇ ਲੋੜਵੰਦਾਂ ਨੂੰ ਵੰਡੀ ਜਾ ਰਹੇ ਆ ਬਈ। ਅਸੀਂ ਤੇ ਕਿਹਾ ਇਹਨਾਂ ਕੋਲ ਹੈ ਕੁਝ ਨਹੀਂ, ਪਰ ਉਹਨਾਂ ਦੇ ਜੀਵਨ ਵਿੱਚ ਉਹ ਨਿਮਰਤਾ ਉਸ ਦਿਨ ਤੋਂ ਬਾਅਦ ਹੋਰ ਵੱਡੀ ਹੋ ਗਈ ਵੀ ਇਹ ਨਿਮਰਤਾ ਦੀ ਦਾਤ ਸੀ। ਆਪਣੇ ਗੁਰੂ ਸਤਿਗੁਰ ਕੋਲ ਦੁਖੜਾ ਰੋਇਆ ਤੇ ਗੁਰੂ ਕਹਿੰਦੇ ਪੁੱਤ ਰੋ ਨਾ, ਸਤਨਾਮ ਸਭ ਕੁਛ ਹੀ ਗੁਰੂ ਵਾਲੇ ਬਣੀਏ, ਨਾਮ ਜਪੀ ਤੇ ਸਤਿਗੁਰੂ ਬੜਾ ਕੁਝ ਬਖਸ਼ਦੇ ਆ। ਸਮੇਂ ਦੀ ਸਮਾਪਤੀ ਹੈ, ਜਿਵੇਂ ਮਰਜ਼ ਕਿਰਪਾ ਕਰਨਗੇ।